ਸਸ਼ਕਲ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਚਾਲਿਆ ਜੀ ਉਲਟ ਪੁਲਟ ਤੇ ਅਨੁਕੋੜਾ ਹਾਜ਼ਰ ਹੋ ਚੁੱਕੀ ਹੈ ਰਵੀ ਸੰਗਰ ਹੁਰਜੀ ਵਿਆਗੇ ਨੇ ਸਸ਼ਕਲ ਰਵੀ ਜੀ ਕੀ ਹਾਲ ਚਾਲ ਨੇ ਸਸ਼ਕਲ ਜੀ ਕਿਵੇਂ ਹੋ ਬਹੁਤ ਵਧੀਆ ਠੀਕ ਠਾਕ ਹੋ ਬਿਲਕੁਲ ਲੈਨੇ ਉਹ ਆਨੰਦ ਗਰਮੀ ਦਾ ਗਰਮੀ ਦਾ ਆਨੰਦ ਕੌਣ ਲੈਂਦਾ ਪਹਿਲਾਂ ਇਹ ਦੱਸੋ ਤੁਸੀਂ ਕੜਾ ਸਾਹਿਬ ਮੈਂ ਪਹਿਲਾਂ ਤੁਹਾਨੂੰ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀ ਸਵਾਲ ਮੇਰਾ ਬਿਲਕੁਲ درست ਹੈ ਤੁਹਾਨੂੰ ਮੇਰੀ ਗੱਲ ਨਾ ਅਸਲ ਦੇ ਵਿੱਚ ਤੁਹਾਡੇ ਮੇਰੇ ਤਰਕ ਤੁਹਾਨੂੰ ਸਮਝ ਨਹੀਂ ਆਉਂਦੇ ਅੱਜਕੱਲ ਅੱਛਾ ਉਹ ਹੈ ਕਿ ਮੈਂ ਪਹਿਲਾਂ ਵੀ ਸਮਝਾਇਆ ਸੀਗਾ ਕਿ ਸਾਡੇ ਮਾਹਿਰ ਕਹਿੰਦੇ ਆ ਸਾਡੀਆਂ ਸਰਕਾਰਾਂ ਕਹਿੰਦੀਆਂ ਸਾਡੇ ਵਿਗਿਆਨੀ ਕਹਿੰਦੇ ਆ ਕਿ ਗਰਮੀ ਭਾਈ ਕਰੋਨਾ ਨੂੰ ਖਤਮ ਕਰਦੀ ਹੈ ਜਿਹੜੀ ਬਿਮਾਰੀ ਨੇ ਤਾਂ ਉਹਨੂੰ 2 ਮਹੀਨੇ ਘਰਾਂ ਦੇ ਵਿੱਚ ਬੰਦ ਕਰਕੇ ਰੱਖਿਆ ਦੇਖੋ ਇਹ ਨਾ ਸਟੇਟਮੈਂਟਾਂ ਵਾਪਸ ਲੈਣ ਲੱਗੇ ਸਮਾਂ ਨਹੀਂ ਲਾਉਂਦੇ ਪਹਿਲਾਂ ਹਾ ਪਤੰਜਲੀ ਵਾਲਿਆਂ ਨੇ ਕਹਿਤਾ ਸੀਗਾ ਭਾਈ ਹਲੇ ਸਟੇਟਮੈਂਟਾਂ ਵਾਪਸ ਲਈਆਂ ਨਹੀਂ ਮੈਂ ਉਹਨਾਂ ਸਟੇਟਮੈਂਟਾਂ ਨੂੰ ਇਸੇ ਤਰੀਕੇ ਨਾਲ ਹੀ ਬੋਲੂਗਾ ਮੈਂ ਉਹਨਾਂ ਸਟੇਟਮੈਂਟਾਂ ਦੇ ਪੈਰਾ ਦੇਵਾਂਗਾ ਨਹੀਂ ਫਿਰ ਮੈਂ ਜ਼ਰੂਰ ਦੱਸੂਗਾ ਵੀ ਪਤੰਜਲੀ ਵਾਲੇ ਪਹਿਲਾਂ ਕਹਿੰਦੇ ਸੀਗੇ ਕਰੋਨਿਲ ਜਿਹੜੀ ਇਹਨਾਂ ਨੇ ਦਵਾਈ ਬਣਾਈ ਹੈ खत्म करूगी बनाती आती है एडा उ करते हम आप ही बंदा इन्होंने बोलता फिर हमने तो ये कभी दवा ही नहीं किया हमने तो ये कभी बोला ही नहीं हमने ये नहीं कहा कि ये कोरोना को खत्म करेगा हमने ये बोला था कोरोना पेशेंट को क्योर करने में मदद करेगा भाई जिसकी लाठी उसी की भैंस ਅੱਛਾ ਹੁਣ ਜ਼ਿਆਦਾ ਕਹਿਣ ਦੀ ਲੋੜ ਨਹੀਂ ਮੈਨੂੰ ਲੱਗਦਾ ਚੱਲਣ ਨਹੀਂ ਨ ਦਿੱਤੀ ਫਿਰ ਹਾਂ ਬਸ ਗੱਲ ਤਾਂ ਉਹੀ ਹੈ ਕਿ ਜੀਦੀ ਜੀਦੇ ਹੱਥ ਦੇ ਵਿੱਚ ਲਾਠੀ ਆ ਬਈ ਮੱਝ ਉਸੇ ਦੀ ਆ ਅਗਲਾ ਜੇ ਤੂੰ ਦਾਲ ਦਾਵਾ ਕਰੇਗਾ ਨਾ ਤੇ ਮੱਝ ਦੇ ਵੱਜਣ ਦੀ بجائے ਤੇਰੇ ਸਿਰ 'ਚ ਵੱਜਣੀ ਤੇ ਸਿਰ ਕੋਲ ਦੇ ਨਾਲ ਅਗਲੇ ਨੇ ਇਹੋ ਕੋਸ਼ਿਸ਼ ਅਗਲੇ ਨੇ ਅੱਖਾਂ ਵਿਖਾਈਆਂ ਉੱਥੇ ਬੈਠਿਆ ਨੇ ਦਿੱਲੀ ਬੈਠਿਆ ਨੇ ਇਹਨਾਂ ਦੀ ਕੀ ਮਜਾਲ ਬਿਆਨਾਂ ਬਦਲਣਾ ਇੱਥੇ ਵੱਡੇ ਵੱਡੇ ਬਿਆਨ ਬਦਲ ਜਾਂਦੇ ਆ ਤੁਸੀਂ ਸਮਝਦੇ ਨਹੀਂ ਗੋੜਾ ਸਾਬ ਅੱਛਾ ਅੱਜ ਦਾ ਰਿਪੋਰਟ ਕਾਰਡ ਦੱਸੋ ਮੈਂ ਦੱਸ ਦਿਆਂ ਨਾ ਅੱਜ ਮੈਂ ਇਜਾਜ਼ਤ ਲੈਣੀ ਚਾਹੁੰਦਾ ਅਸਲ ਦੇ ਵਿੱਚ ਨਹੀਂ ਮੈਨੂੰ ਇਹ ਲੱਗਦਾ ਹੈ ਬੜੇ ਟਾਈਮ ਦੀ ਲੜਾਈ ਚੱਲ ਰਹੀ ਹੈ ਇਸ ਗੱਲ ਦੀ ਕਿਉਂਕਿ ਅੱਜ ਮੈਨੂੰ ਪਤਾ ਹੈ ਕਿ ਰਿਪੋਰਟ ਕਾਰਡ 'ਚ ਕੀ ਕੁਝ ਬੋਲਣਾ ਹੈ ਤੇ ਮੈਨੂੰ ਐਕਸਾਈਟਮੈਂਟ ਆ ਕਿ ਮੈਂ ਇਹ ਗੱਲ ਕਰਾਂ ਮੈਨੂੰ ਆ ਮੈਂ ਉਹੀ ਕਹਿਣ ਲੱਗੀ ਸੀ ਮੈਨੂੰ ਲੱਗਦਾ ਐਵੇਂ ਵੀ ਅੱਜ ਜੋ ਕੁਝ ਮੈਂ ਲਿਖਿਆ ਇਹਨਾਂ ਨੇ ਪਰਚੀਆਂ ਪਹਿਲਾਂ ਪੜੀਆਂ ਹੋਈਆਂ ਨੇ ਵੀ ਇਹ ਕਿਹੜੇ ਕਿਹੜੇ ਮੁੱਦੇ ਮਸਲੇ ਦੇ ਇਸ ਤਰੀਕੇ ਨਾਲ ਦੇਖੀ ਜਾਂਦੇ ਮੈਂ ਹੌਲੀ ਹੌਲੀ ਲਾਈ ਜਾਂਦਾ ਸੀਗਾ ਧਿਆਨ ਜਾ ਮੈਂ ਕਿਹਾ ਚਲੋ ਕੁਝ ਤਾਂ ਪਤਾ ਲੱਗ ਹੀ ਗਿਆ ਅੱਜ ਬੋਲ ਦਿੰਨੇ ਆ ਕੁਝ ਨਾ ਚਲੋ ਠੀਕ ਹੈ ਤੁਹਾਨੂੰ ਇਜਾਜ਼ਤ ਦਿੱਤੀ ਐ ਤੁਸੀਂ ਕਿ ਯਾਦ ਰੱਖੋ ਕਿ ਖ ਉੱਥੇ ਇੱਕ ਦਮੰਗ ਟਾਈਪ ਦੇ ਐਸ ਐਚਓ ਸਾਹਿਬ ਆ ਜਿਹੜੇ ਹਮੇਸ਼ਾ ਹੀ ਜਿਹੜੇ ਕਾਨੂੰਨ ਦੀ ਪਾਲਣਾ ਕਰਦੇ ਆ ਤੇ ਨਾਲ ਕਰਵਾਉਂਦੇ ਆ ਉਹਨਾਂ ਨਾਲ ਕੁਝ ਗਲਤ ਹੋਇਆ ਕੀ ਗਲਤ ਹੋਇਆ ਕਿਉਂ ਹੋਇਆ ਤੁਹਾਡੇ ਨਾਲ ਸਾਂਝਾ ਕਰ ਲਾਂਗੇ ਉਸ ਤੋਂ ਬਾਅਦ ਸਾਡੇ ਮੋਦੀ ਜੀ ਆਏ ਸੀਗੇ ਲਾਈਵ ਹੋਣ ਵਾਸਤੇ ਪੰਜਵੀਂ ਛੇਵੀਂ ਵਾਰ ਲਾਈਵ ਹੋਏ ਨੇ ਤਾਂ ਉਹਨਾਂ ਨੇ ਕੁਝ ਗੱਲਾਂ ਬਾਤਾਂ ਤੇ ਬੜਾ ਠੋਕਮਾ ਪਹਿਰਾ ਦਿੱਤਾ ਔਰ ਕਿਹੜੀ ਗੱਲ ਤੇ ਜ਼ਿਆਦਾ ਜ਼ੋਰ ਲਾ ਗਏ ਉਹ ਜਿਹੜੀ ਤੇ ਨਹੀਂ ਲਾਉਣਾ ਚਾਹੀਦਾ ਸੀਗਾ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਕਿ ਕਿਉਂ ਲਾਇਆ ਦੂਜੀ ਗੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਉਹਨਾਂ ਨੇ ਆਪਣਾ ਗੁੱਸਾ ਇੱਕ ਵਾਰੀ ਫੇਰ ਜ਼ਾਹਰ ਕੀਤਾ ਕਹਿੰਦੇ ਵੀ ਜਿਸ ਜਿਵੇਂ ਜਿਵੇਂ ਮੈਂ ਆਹ ਦੇਖਦਾ ਨਾ ਕਰੋਨਾ ਫੈਲਦਾ ਤੇ ਮੈਨੂੰ ਗੁੱਸਾ ਬੜਾ ਚੜਦਾ ਤੇ ਹੁਣ ਇਹ ਇਸ ਤਰੀਕੇ ਨਾਲ ਖਤਮ ਕਰਾਂਗੇ ਤਾਂ ਉਹ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਇੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਜੁੜੇ ਤਿੰਨ ਚਾਰ ਜਿਹੜੀਆਂ ਖਬਰਾਂ ਉਹ ਸਾਡੇ ਤੱਕ ਪਹੁੰਚੀਆਂ ਬੜੀਆਂ ਪੁਖਤਾ ਵੀ ਹੈ ਤੇ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰਨੀਆਂ ਹੈ ਕਿ ਕਿਵੇਂ ਕੈਪਟਨ ਸਾਹਿਬ ਦਾ ਜਿਹੜਾ ਖਜ਼ਾਨਾ ਹੁਣ ਉਛਲਣ ਲੱਗ ਗਿਆ ਹੁਣ ਉੱਪਰ ਤੱਕ ਭਰ ਗਿਆ ਹੁਣ ਉਹਦੇ ਵਿੱਚੋਂ ਬੜਾ ਸਮਾਨ ਡਿੱਗਣ ਲੱਗ ਗਿਆ ਉਹ ਕੀ ਕੋਜ ਹੈ ਤੇ ਕਿਉਂ ਹੈ ਇਹ ਵੀ ਤੁਹਾਡੇ ਨਾਲ ਸਾਂਝਾ ਕਰ ਲਾਂਗੇ ਤੇ ਕੌੜਾ ਸਾਹਿਬ ਸਭ ਤੋਂ ਪਹਿਲਾਂ ਫਿਰ ਆਪਾਂ ਸ਼ੁਰੂ ਕਰ ਲਈਏ ਉਮੀਦ ਜ਼ਾਹਿਰ ਕਰ ਰਹੀ ਸੀ ਕਿ ਹਾਂ ਮੈਨੂੰ ਪੁੱਛਿਆ ਜਾਵੇ ਕਿ ਪਹਿਲਾ ਟਾਪਿਕ ਕਿਹੜਾ ਹੈ ਨਹੀਂ ਮੈਂ ਦੇਖੋ ਤੁਸੀਂ ਮੈਨੂੰ ਹੱਕ ਦਿੱਤਾ ਕਿ ਮੈਂ ਜਿਹੜਾ ਰਿਪੋਰਟ ਕਾਰਡ ਪੇਸ਼ ਕਰਾਂ ਤੇ ਮੈਂ ਇਹ ਹੱਕ ਵੀ ਰੱਖਦਾ ਕਿ ਮੈਂ ਤੁਹਾਨੂੰ ਪੁੱਛਾਂ ਤੁਹਾਡੇ ਵਾਲਾ ਸਵਾਲ ਫਿਰ ਸਭ ਤੋਂ ਪਹਿਲਾਂ ਕਿੱਧਰ ਨੂੰ ਜਾਣਾ ਧੰਨਵਾਦ ਅੱਛਾ ਜਿਹੜੇ ਸਾਡੇ ਵਾਲੇ ਨੇ ਨਾ ਸਾਨੂੰ ਦੇਖੋ ਜਿਆਦਾ ਖਬਰਾਂ ਖਬਰਾਂ 'ਚ ਕੋਈ ਜਿਆਦਾ ਇੰਟਰਸਟ ਨਹੀਂ ਹੁੰਦਾ ਸਾਨੂੰ ਅੱਜਕੱਲ ਜਿਹੜਾ ਇੰਟਰਸਟ ਬਣਿਆ ਰਹਿੰਦਾ ਉਹ ਕਦੇ ਟਿਕਟੌਕ ਦੇ ਪਿੱਛੇ ਬਣਿਆ ਰਹਿੰਦਾ ਜਾਂ ਫਿਰ ਇਸ ਕੰਨਵੇਂ ਸੈਲਬ੍ਰਿਟੀ ਨੇ ਕੀ ਬੋਲਤਾ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਕੀ ਚੱਲੀ ਜਾਂਦਾ ਉਹ ਸਾਰੇ ਦੇ ਵਿੱਚ ਸਾਡਾ ਜਿਆਦਾ ਧਿਆਨ ਰਹਿੰਦਾ ਤੇ ਨਾ ਸਾਰੀਆਂ ਗੱਲਾਂ ਦੇ ਵਿੱਚ ਤੁਸੀਂ ਇੱਕ ਗੱਲ ਕਿਤੇ ਦਬੰਗ ਸਟਾਈਲ ਫਿਰ ਮੈਨੂੰ ਨਾ ਉਹ ਥੋੜਾ ਜਿਹਾ ਮਤਲਬ ਐਕਸਾਈਟਿੰਗ ਜਿਹਾ ਲੱਗਿਆ ਵੀ ਕੁਝ ਇੰਟਰਸਟਿੰਗ ਜਿਹਾ ਟਾਪਿਕ ਹੋਊਗਾ ਸ਼ਾਇਦ ਉਹਦੇ ਬਾਰੇ ਅਸੀਂ ਗੱਲਬਾਤ ਕਰ ਲਈਏ ਬਿਲਕੁਲ ਸਹੀ ਮੱਧ ਪ੍ਰਦੇਸ਼ ਦਾ ਇਹ ਜਿਵੇਂ ਪਹਿਲਾਂ ਦੱਸਿਆ ਕਿ ਮੱਧ ਪ੍ਰਦੇਸ਼ ਦੀ ਕਹਾਣੀ ਹੈ ਇਹ ਉੱਥੋਂ ਦਾ ਕਿੱਸਾ ਵਾਪਰਿਆ ਜਿਵੇਂ ਹਰ ਏਰੀਏ ਦੇ ਵਿੱਚ ਖਾਸ ਕਰਕੇ ਜਿਹੜਾ ਯੰਗ ਬਲੱਡ ਜਿਹੜੇ ਅਫਸਰ ਹੁੰਦੇ ਨੇ ਨਾ ਖਾਸ ਕਰਕੇ ਪੁਲਿਸ ਦੇ ਵਿੱਚ ਉਹਨਾਂ 'ਚ ਇੱਕ ਜਜ਼ਬਾ ਹੁੰਦਾ ਹੈ ਕਿ ਮੈਂ ਭਾਈ ਏਰੀਏ ਦੇ ਵਿੱਚ ਜਿੱਥੇ ਵੀ ਜਾਵਾਂ ਆਪਣਾ ਨਾਮ ਤੇ ਆਪਣੇ ਝੰਡੇ ਗੱਡ ਕੇ ਆਵਾਂ ਫਲਾਣਾ ਸਿਓ ਫਲਾਣਾ ਸਰਦਾਰ ਜਾ ਫਲਾਣਾ ਮਤਲਬ ਜੋ ਵੀ ਉਹਦਾ ਨਾਮ ਆਇਆ ਸੀ ਤੇ ਉਹਨੇ ਪਾਈ ਬੜਾ ਬਿਓ ਤਾਂ ਮਤਲਬ ਖਤਰਨਾਕ ਅਫਸਰ ਹੈਗਾ ਉਹ ਤੋਂ ਡਰ ਕੇ ਰੋ ਕੰਨਾਂ ਦੇ ਵਿੱਚ ਨੱਤੀਆਂ ਨਹੀਂ ਪਾਉਣੀਆਂ ਕਿਉਂਕਿ ਮੈਨੂੰ ਇਹ ਗੱਲਾਂ ਮੇਰੇ ਆਪਦੇ ਏਰੀਆ ਚੋਂ ਯਾਦ ਆਈ ਜਾਂਦੀਆਂ ਅੱਛਾ ਉੱਥੇ ਵੀ ਇੱਕ ਇਦਾਂ ਹੀ ਐਸਐਚਓ ਸਾਹਿਬ ਗਏ ਸੀ ਉੱਥੇ ਜਿਨ੍ਹਾਂ ਦੇ ਵਾਲ ਟੇਡੇ ਵਿੰਗੇ ਜੇ ਬਾਏ ਹੁੰਦੇ ਸੀ ਨਾ ਉਦੋਂ ਨਵਾਂ ਨਵਾਂ ਸਟਾਈਲ ਚੱਲਿਆ ਸੀ ਤਾਂ ਨੂੰ ਵਾ ਕੇ ਜੈਲ ਲਾਉਣ ਦਾ ਉਹ ਜਿਹੜਾ ਕੱਲਾ ਕੱਲਾ ਵਾਲ ਕੰਡਾ ਜਿਹਾ ਖੜਾ ਹੋਏ ਨਾ ਕਲੈਰੀ ਮੋਰ ਬਣਨ ਦਾ ਕਲੈਰੀ ਮੋਰ ਬਣਨ ਦਾ ਉਹ ਕੰਨਾਂ ਦੇ ਵਿੱਚ ਨੱਤੀਆਂ-ਨੁੱਤੀਆਂ ਪਾਈਆਂ ਹੁੰਦੀਆਂ ਸੀ ਮੁੰਡਿਆਂ ਨੂੰ ਨ ਇਹ ਪਲਟੀਨੇ ਨਵੇਂ-ਨਵੇਂ ਆਏ ਸੀ ਕਿਸ਼ਤਾਂ ਤੇ ਮਿਲ ਜਾਂਦੇ ਸੀ ਪਰ ਪਲਟੀਨਾ ਨੂੰ ਲੰਡੇ ਕਰਕੇ ਗਿੜੀਆਂ ਮਾਰਦੇ ਹੁੰਦੇ ਸੀ ਉਹ ਐਸ ਐਚਓ ਸਾਹਿਬ ਨੇ ਬੜੇ ਸਿੱਧੇ ਕੀਤੇ ਜਿਹਦੇ ਕਰਨ ਚ ਮੁੰਦਰੀ ਪਾਈ ਹੁੰਦੀ ਸੀ ਨਾ ਉਸੇ ਮੁੰਦਰੀ ਨੂੰ ਸਿੱਧੀ ਖਿੱਚਦਾ ਸੀ ਤੇ ਜਾ ਕੇ ਇਥੋਂ ਦੀ ਨਾ ਉਹਦੇ ਆ ਗਲੀ ਹੋ ਜਾਂਦੀ ਸੀ ਉਹ ਮਤਲਬ ਖਤਰਨਾਕ ਸੀ ਇਉਂ ਹੀ ਅੱਜ ਤੱਕ ਉਸ ਐਸ ਐਚਓ ਸਾਹਿਬ ਦਾ ਨਾਮ ਚੱਲਦਾ ਹੈ ਦਿਖ ਰਿਹਾ ਉਹ ਤਾਂ ਐਸ ਐਚਓ ਸਾਹਿਬ ਦਾ ਇਉਂ ਹੀ ਹਰ ਇੱਕ ਦੇ ਵਿੱਚ ਜਜ਼ਬਾ ਹੀ ਹੁੰਦਾ ਹੈ ਇਸ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਵੀ ਉਹਨਾਂ ਨੂੰ ਅ ਦਬੰਗ ਐਸ ਐਚਓ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦਬੰਗ ਅਫਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਹਿੰਦੇ ਜੀ ਕਾਨੂੰਨ ਦੀ ਬੜੀ ਪਾਲਣਾ ਕਰਦੇ ਨੇ ਗਾਂ ਕਰਵਾਉਂਦੇ ਵੀ ਨਹੀਂ ਤੇ ਸਖਤ ਵੀ ਨੇ ਹੁਣ ਉਹਨਾਂ ਨੇ ਕੀ ਕੀਤਾ ਸੀ ਕਿ ਇੱਕ ਨਾ ਜਗ੍ਹਾ ਤੇ ਉਹਨਾਂ ਨੇ ਨਾਕਾ ਲਾ ਰੱਖਿਆ ਸੀ ਉਸੇ ਹੀ ਤਰੀਕੇ ਨਾਲ ਜਿਵੇਂ ਰੂਟੀਨ ਚ ਲਾਉਂਦੇ ਨੇ ਕਿ ਭਾਈ ਤੁਹਾਡੇ ਵਾਨਾਂ ਦੀ ਜਿਹੜੀ ਅਸੀਂ ਜਾਂਚ ਕਰਨੀ ਆ ਕਾਗਜ਼ ਚੈੱਕ ਕਰਨੇ ਆ ਕਰੋਨਾ ਦਾ ਦੌਰ ਚੱਲਦਾ ਤੁਸੀਂ ਮਾਸਕ ਪਾ ਕੇ ਰੱਖਦੇ ਹੋ ਕਿ ਨਹੀਂ ਜਿਹੜੀਆਂ ਗੱਡੀ ਚ ਲਾਉਨੇ ਉਹਦੇ ਵਿੱਚ ਬੈਲਟ ਲੱਗੀ ਹੁੰਦੀ ਆ ਕਿ ਨਹੀਂ ਸਾਰਾ ਕੁਝ ਚੈੱਕ ਹੁਣ ਉੱਥੋਂ ਦੀ ਬਾਕੀ ਲੰਗੀ ਜਾਂਦੇ ਨੇ ਨੇ ਪੁੱਛ ਗੱਛ ਕਰੀ ਜਾਂਦੇ ਨੇ ਇੱਕ BMW ਜਿਹੜੀ ਮਤਲਬ ਦਾ ਲਗਭਗ ਕਰੋੜ ਦੇ ਨੇੜੇ ਮਿਲਦੀ ਆ ਬਹੁਤ ਪੈਸੇ ਲੱਗਦੇ ਆ ਬਹੁਤ ਬਹੁਤ ਜ਼ਿਆਦਾ ਪੈਸੇ ਲੱਗਦੇ ਆ ਉਹ ਕਾਰ ਉਹਦੇ ਕੋਲ ਸੀ ਅੱਛਾ ਉਹ ਜਦੋਂ ਉੱਥੋਂ ਲੰਘਣ ਲੱਗੀ ਆ ਤਾਂ ਡਰਾਈਵਰ ਸਾਹਿਬ ਦੇ ਯਾਨੀ ਜਿਹਦੀ ਕਾਰ ਸੀ ਉਹ ਨੌਜਵਾਨ ਚਲਾ ਰਿਹਾ ਸੀ ਉਹਦੇ ਕੰਨ ਨੂੰ ਮੋਬਾਈਲ ਲੱਗਾ ਸੀ ਹਾਲਾਂਕਿ ਉਹਨੇ ਆਪਣਾ ਮੂੰਹ ਵੀ ਟੱਕਿਆ ਹੋਇਆ ਸੀਗਾ ਉਹਦੇ ਰਮਾਲ ਬੰਨਿਆ ਸੀ ਉਹਦੇ ਮਤਲਬ ਸੀਟ ਬੈਲਟ ਵੀ ਲੱਗੀ ਹੋਈ ਸੀ ਪਰ ਇੱਕ ਗਲਤੀ ਕਰ ਗਿਆ ਕਿ ਉਹਦੇ ਕੰਨ ਨੂੰ ਫੋਨ ਲੱਗਾ ਹੋਇਆ ਸੀ ਗੱਲ ਕਰਦਾ ਜਾਂਦਾ ਸੀ। ਉਹਨਾਂ ਨੇ ਉੱਥੇ ਰੋਕਦੇ ਆ ਤੇ ਉਹ ਤੋਂ ਪੁੱਛਦੇ ਆ ਭਾਈ ਆਹ ਕੀ ਕਰ ਰਿਆ? ਉਹ ਕਹਿੰਦਾ ਜੀ ਸੌਰੀ ਮੰਗਦਾ। ਮੈਂ ਹੁਣੇ ਘਰੋਂ ਨਿਕਲਿਆ। ਮੈਨੂੰ ਘਰੋਂ ਫੋਨ ਆ ਗਿਆ ਸੀ। ਜ਼ਰੂਰੀ ਕੰਮ ਸੀ ਜਲਦੀ ਸੀ। ਇਸੇ ਕਰਕੇ ਫੋਨ ਚੱਕ ਲਿਆ। ਉਹ ਕਹਿੰਦੇ ਭਾਈ ਤੂੰ ਕਾਨੂੰਨ ਦੀ ਪਾਲਣਾ ਨਹੀਂ ਕੀਤੀ, ਉਲੰਘਣਾ ਕੀਤੀ ਆ। ਤੈਨੂੰ ਇਹਦਾ ਹਰਜ਼ਾਨਾ ਭੁਗਤਣਾ ਪੈਣਾ। ਉਹ ਕਹਿੰਦਾ ਜੀ ਅੱਗੇ ਤੋਂ ਗਲਤੀ ਨਹੀਂ ਕਰਦਾ ਜਿਵੇਂ ਆਮ ਸਟਾਰਟਿੰਗ ਦੇ ਵਿੱਚ ਗੱਲਾਂਬਾਤਾਂ ਹੁੰਦੀਆਂ। ਉਹ ਵੀ ਨਹੀਂ ਮੰਨੇ ਕਹਿੰਦੇ ਨਾ ਜੀ ਐ ਤਾਂ ਹੋ ਹੀ ਨਹੀਂ ਸਕਦਾ ਤੁਸੀਂ ਗਲਤੀ ਕੀਤੀ ਹੈ ਚਲਾਣਾ ਹੋਊਗਾ ਚਲੋ ਸਰਦਾਰ ਜੀ ਕੋਲ ਉਹ ਕਹਿੰਦੇ ਜੀ ਚਲੋ ਸਾਹਬ ਕੋਲੇ ਉਹ ਗੱਡੀ ਵਾਖ ਖੜਾਉਂਦੇ ਨੇ ਆਪਦੀ ਉੱਥੇ ਜਾ ਕੇ ਉੱਥੇ ਵੀ ਉਹੀ ਗੱਲਾਂ ਕਰਦੇ ਨੇ ਹਾਲਾਂਕਿ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀ ਆ ਇਸ ਵੇਲੇ ਵੀ ਕਾਫੀ ਵਾਇਰਲ ਹੋ ਰਹੀ ਆ ਉਹਨਾਂ ਨੂੰ ਪੁੱ ਜਾ ਕੇ ਉਹ ਕਹਿੰਦੇ ਨੇ ਰਿਕੁਐਸਟ ਕਰਦੇ ਨੇ ਕਿ ਦੇਖੋ ਜੀ ਮੇਥੋਂ ਗਲਤੀ ਹੋਈ ਆ ਅੱਗੇ ਤੋਂ ਨਹੀਂ ਕਰਦਾ ਮੈਨੂੰ ਜਾਣਦੇ ਹੋ ਉਹ ਕਹਿੰਦਾ ਨਹੀਂ ਭਾਈ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਹੈ ਉਹੀ ਦਮੰਗ ਐਸਐਚਓ ਖੜੇ ਨੇ ਉੱਥੇ ਕਹਿੰਦੇ ਜੀ ਸਭ ਵਾਸਤੇ ਕਾਨੂੰਨ ਇੱਕੋ ਹੀ ਹੈ ਤੁਹਾਨੂੰ ਇਹਦਾ ਚਲਾਨ ਭਰਨਾ ਪਊ ਨਹੀਂ ਵੈਸੇ ਗੱਲ ਤਾਂ ਉਹ ਸੋਚਣ ਵਾਲੀ ਹੈ ਵੀ BMW ਚੱਕੇ ਫਿਰੇ ਤੇ ਮਿੰਤਾ ਕਰੀ ਜਾਵੇ ਵੀ ਭਾਈ ਨਾ ਇਦਾਂ ਨਹੀਂ ਉਦਾਂ ਨਹੀਂ ਜਿਹਦੇ ਕੋਲ ਐਡੀ ਗੱਡੀ ਚੱਕੇ ਹੋਵੇ ਉਹ ਤਾਂ ਹੂ ਨਹੀਂ ਡਰਦਾ ਕਿਸੇ ਤੋਂ ਉਹ ਤਾਂ ਕਹਿੰਦਾ ਜੀ BMW ਰੱਖੀ ਐ ਸਾਡੇ ਕੋਲ ਤੁਹਾਡਾ ਸਭ ਉਹ ਮੱਧ ਪ੍ਰਦੇਸ਼ੀ ਹੈ ਪੰਜਾਬ ਦੀ ਗੱਲ ਹੁੰਦੀ ਆ ਇਹ ਸਾਰਾ ਕੁਝ ਪੰਜਾਬ ਵਾਲੇ ਕਰਦੇ ਨੇ ਜਿੰਨਾ ਥੱਲੇ BMW ਹੈ ਨਾ ਅਗਲਾ ਬੰਦੇ ਹੀ ਨਹੀਂ ਪਰ ਪੰਜਾਬ ਦੇ ਵਿੱਚ ਹੋਰੋਂ ਵੀ ਆ ਜੇ ਕਿਤੇ BMW ਹੋਵੇ ਨਾ ਤੇ ਪੁਲਿਸ ਵਾਲੇ ਰੋਕਦੇ ਵੀ ਨਹੀਂ ਕਹਣਗੇ ਪਰੇ ਕਰ ਦਿਓ ਪਰ ਇਹ ਸਾਰਾ ਕੁਝ ਲੰਗਾ ਦਿਓ ਪਤਾ ਨਹੀਂ ਅੰਦਰ ਕੀ ਚਾਹ ਬੈਟੀ ਹੈ ਸਹੀ ਗੱਲ ਹੈ ਠੀਕ ਹੈ ਪਰ ਉਹਨੇ ਰੋਕਿਆ ਹੁਣ ਅੱਗੇ ਕੀ ਵਾਪਰਦਾ ਕਿ ਉਹਨੇ ਚਲਾਨ ਘੱਟਤਾ ਕਹਿੰਦਾ ਜੀ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਹੈ ਚਲਾਨ ਤੁਹਾਡਾ ਵੀ ਹੋਣਾ ਹੈ ਚਲਾਨ ਘੱਟਤਾ ਉਸ ਤੋਂ ਬਾਅਦ ਉਸ BMW ਵਾਲੇ ਨੇ ਆਪਦੀ ਜਿਹੜੀ ਪੋਲੀਟੀਕਲ ਅਪਰੋਚ ਹੈ ਹੁਣ ਜਿਹੜਾ 82 83 85 ਲੱਖ ਦੀ ਗੱਡੀ ਰੱਖੀ ਬੈਠਾ ਕੋਈ ਨਾ ਕੋਈ ਤਾਂ ਗੱਲਬਾਤ ਹੋਊ ਦੇਖਿਆ ਮੈਂ ਤਾਂ ਪਹਿਲਾਂ ਹੀ ਕਹਿਆ ਸੀ ਨਹੀਂ ਬਿਲਕੁਲ ਅੱਜ ਕੱਲ ਪੈਸੇ ਵਾਲਿਆਂ ਦਾ ਹੀ ਤਾਂ ਹੈ ਸਾਰਾ ਕੁਝ ਉਹਨਾਂ ਨੇ ਆਪਣੀ ਅਪਰੋਚ ਜਿਹੜੀ ਆ ਉਹ ਨੂੰ ਵਰਤਿਆ ਪੋਲੀਟੀਕਲ ਲੈਵਲ ਤੇ ਉਸ ਐਸਐਚਓ ਸਾਹਿਬ ਨੂੰ ਉਹਨਾਂ ਨੂੰ ਮਤਲਬ ਜੁਰਮਾਨਾ ਕਰਵਾਉਣ ਲਈ ਜਾਂ ਫਿਰ ਉਹਨਾਂ ਨੂੰ ਕਹਿੰਦੇ ਜੀ ਇਹਨਾਂ ਨੂੰ ਕੋਈ ਨਾ ਕੋਈ ਜ਼ਰੂਰ ਸਜ਼ਾ ਦਿਓ ਤਾਂ ਕਿ ਮੇਰਾ ਮਨ ਜਿਹੜਾ ਉਹ ਠੰਡਾ ਹੋ ਜਾਏ ਹਾਂ ਉਹਨਾਂ ਨੇ ਉਹਨਾਂ ਨੂੰ ਲਾਈਨ ਹਾਜ਼ਰ ਕਰਤਾ ਯਾਨੀ ਸਜ਼ਾ ਜ਼ਰੂਰ ਦਿੱਤੀ ਹੂੰ ਉਹ ਪੂਰਾ ਮੱਛਰ ਗਿਆ ਬੜਾ ਖੁਸ਼ ਹੈ ਕਿ ਮੈਂ ਭਾਈ ਐਂ ਕਰਾ ਦੂੰ ਮੈਂ ਐਸ ਐਚਓ ਨੂੰ ਲਾਈਨ ਹਾਜ਼ਰ ਕਰਾਤਾ ਹੁਣ ਸਤੇ ਸਵਾਲ ਖੜਾ ਹੁੰਦਾ ਇਹ ਤਾਂ ਹੋ ਗਈ ਕਹਾਣੀ ਹੂੰ ਸਵਾਲ ਖੜਾ ਹੁੰਦਾ ਵੀ ਭਾਈ ਤੁਸੀਂ ਇਹ ਚਲਾਨ ਜਿਹੜੇ ਬਣਾਏ ਹੋਏ ਨੇ ਜਾਂ ਜਿਸ ਜਿਸ ਚੀਜ਼ ਦਾ ਚਲਾਨ ਹੋਣਾ ਇਹ ਤੈਅ ਤਾਂ ਸਰਕਾਰਾਂ ਨੇ ਕੀਤੇ ਹਨਾ ਬਿਲਕੁਲ ਕਿ ਆ ਚੀਜ਼ ਤੇ ਚਲਾਨ ਹੋਊਗਾ ਚਲਾਨ ਤਾਂ ਹੁੰਦਾ ਕਿ ਤੁਸੀਂ ਕਾਨੂੰਨ ਦੀ ਉਲੰਘਣਾ ਕਰਦੇ ਹੋ ਦੇਖੋ ਉਹ ਸਾਰਾ ਕੁਝ ਹੁੰਦਾ ਆਮ ਬੰਦੇ ਵਾਸਤੇ ਹੁਣ ਸਰਕਾਰਾਂ ਨੇ ਤੈਅ ਕੀਤੇ ਨੇ ਹੁਣ ਤੁਸੀਂ ਸਰਕਾਰਾਂ ਨੂੰ ਹੀ ਕਹੀ ਜਾਓ ਵੀ ਭਾਈ ਆਜ ਤੁਹਾਡਾ ਚਲਾਨ ਘਟੂਗਾ ਉਹ ਤੁਹਾਡਾ ਚਲਾਨ ਘਟੂ ਸਰਕਾਰਾਂ ਤੁਹਾਨੂੰ ਚਲਾਉਂਦੇ ਨਹੀਂ ਕਿ ਤੁਸੀਂ ਸਰਕਾਰਾਂ ਨੂੰ ਚਲਾਉਂਦੇ ਹੋ ਕوڑا ਸਾਬ ਗੜਬੜ ਲੱਗਦੀ ਐ ਮੈਨੂੰ ਕੋਈ ਅੱਛਾ ਮੈਨੂੰ ਲੱਗਦਾ ਸਰਕਾਰਾਂ ਵਾਲੇ ਪਾਸੋਂ ਚਾਹ ਜ਼ਿਆਦਾ ਆਉਣ ਲੱਗੀ ਹਾਂ ਮੈਨੂੰ ਪਸੰਦ ਬਹੁਤ ਐ ਨਾ ਭੇਜ ਦਿੰਦੇ ਹੁੰਦੇ ਕਈ ਵਾਰ ਬਿਲਕੁਲ ਤੇ ਸਵਾਲ ਵਾਕਈ ਵੱਡਾ ਬਣਦਾ ਕਿ ਜੇ ਭਾਈ ਤੁਸੀਂ ਕਾਨੂੰਨ ਤੈਅ ਕੀਤੇ ਨੇ ਤੇ ਜੇ ਉਹਨੂੰ ਕੋਈ ਤੋੜਦਾ ਤੁਸੀਂ ਉਹਨੂੰ ਸਜ਼ਾ ਵਾਸਤੇ ਉਹਦਾ ਚਲਾਨ ਕੱਟਦੇ ਹੋ ਤੇ ਜੇ ਤੁਹਾਡੇ ਆ BMW ਵਾਲੇ ਦਾ ਘਟਤਾ ਤੇ ਕਿੱਡਾ ਕ ਕਹਿਰ ਹੋ ਗਿਆ ਸੀਗਾ ਕਿੱਡਾ ਕ ਚਲਾਨ ਹੋਣਾ ਸੀ ਉਹਦਾ 2-400 ਭਰ ਦਿੰਦੇ ਪਰ ਨਹੀਂ ਤੁਹਾਨੂੰ ਮਨਜ਼ੂਰ ਨਹੀਂ ਸੀਗਾ ਮਤਲਬ ਜਿਹੜਾ ਸਾਡਾ ਸਿਸਟਮ ਐ ਇਹੋ ਹੀ ਕਹਿੰਦਾ ਵਾਕਈ ਇਹ ਸਿਸਟਮ ਸਾਡਾ ਇਹੋ ਹੀ ਕਹਿੰਦਾ ਹੈ ਕਿ ਭਾਈ ਜਿਹੜੇ ਕਾਨੂੰਨ ਨੇ ਜਾਂ ਫਿਰ ਇਹ ਜਿੰਨੀਆਂ ਧਰਾਵਾਂ ਜੋ ਕਾਨੂੰਨ ਦੇ ਵਿੱਚ ਹੈ ਇਹ ਸਿਰਫ ਆਮ ਆਦਮੀ ਵਾਸਤੇ ਹੈ ਜਿਹਦੀ ਅਪਰੋਚ ਨਹੀਂ ਹੈਗੀ ਜਿਨੇ ਜਾ ਕੇ ਥਾਣੇ ਦੇ ਵਿੱਚ ਜਾਂ ਕਿਸੇ ਪੰਚ ਦੇ ਸਰਪੰਚ ਦੇ ਮੂਹਰੇ ਜਾ ਕੇ ਜਿਨੇ ਹਾੜੇ ਕੱਢਣੇ ਨੇ ਇਹ ਡਰਾਵੇ ਸਿਰਫ ਉਹਨਾਂ ਵਾਸਤੇ ਆ ਤੁਹਾਡੇ ਜਿਹੜੇ ਅਸਰ ਸੂਖ ਰੱਖਣ ਵਾਲੇ ਆ ਵੱਡੀਆਂ-ਵੱਡੀਆਂ ਗੱਡੀਆਂ ਵਾਲੇ ਨੇ ਚਿੱਟੇ ਕੱਪੜੇ ਪਾ ਕੇ ਐਨਕਾ ਲਾ ਕੇ ਲੰਘਣ ਵਾਲੇ ਨੇ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ ਇਹ ਇੱਥੇ ਸਪਸ਼ਟ ਹੋ ਗਿਆ ਹੁਣ ਅਸੀਂ ਗੱਲ ਕਰਨੀ ਹੈ ਭਾਈ ਸਾਡੇ ਪੀਐਮ ਮੋਦੀ ਬਾਰੇ ਜੇ ਲਾਈਵ ਹੋ ਜਾਂਦੇ ਨੇ ਗੱਲਾਂ ਬਾਤਾਂ ਬਹੁਤ ਚੰਗੀਆਂ ਕਰਦੇ ਨੇ ਲੋਕਾਂ ਦੇ ਮਨਾਂ ਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ ਕਿ ਨਹੀਂ ਇਹ ਨਹੀਂ ਪਤਾ ਉਹਨਾਂ ਦੇ ਆਪਦੇ ਮਨ ਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ ਵੀ ਭਾਈ ਪਤਾ ਨਹੀਂ ਮੈਂ ਦੇਸ਼ ਦੇ ਭਲੇ ਵਾਸਤੇ ਕਿੰਨੀਆਂ ਕੁ ਚੰਗੀਆਂ ਗੱਲਾਂ ਕਰ ਰਿਹਾ ਹੁਣ ਦੇਖੋ ਗੱਲਾਂ ਕਰਨ ਨੂੰ ਸਾਰੇ ਕਰ ਹੀ ਜਾਂਦੇ ਨੇ ਹੁਣ ਸਾਡੇ ਵਰਗੇ ਨੂੰ ਕੁਝ ਕਹਿਣਾ ਹੋਵੇ ਆਪਣੀ ਗੱਲ ਮਨਵਾਉਣੀ ਹੋਣੀ ਅਸੀਂ ਆਪਦੇ ਆંકੜੇ ਦੱਸਦੇ ਨੇ ਵੀ ਭਾਈ ਮੈਂ ਇਹ ਚੀਜ਼ ਦੇਖੋ ਇੰਨੀ ਵਾਰ ਕੀਤੀ ਉਹ ਚੀਜ਼ ਮੈਂ ਓਨੀ ਵਾਰ ਕੀਤੀ ਆਪਦੀ ਗਲਤੀਆਂ ਸਿਗਣਾਉਂਦੇ ਨਹੀਂ ਸਾਨੂੰ ਪਤਾ ਨਹੀਂ ਲੱਗਦਾ ਹੁਣ ਲੋਕ ਜਦੋਂ ਬਹਿ ਜਾਂਦੇ ਨੇ ਲੋਕਾਂ ਨੂੰ ਲੱਗਦਾ ਵੀ ਜਦੋਂ ਅਸੀਂ ਲਾਈਵ ਸੁਣਾਂਗੇ ਪਤਾ ਨਹੀਂ ਖਿਆ ਹੋਇਆ ਮੁੱਦਾ ਸੀਗਾ ਉਹ ਸੀਗਾ ਚੀਨ ਵਾਲਾ ਵੀ ਭਾਈ ਜਿਹੜੇ ਬਾਰਡਰ ਤੇ ਇੱਧਰ ਉੱਧਰ ਕ੍ਰੋਸ ਕ੍ਰੋਸ ਕਰ ਗਏ ਵੀ ਕੀ ਮਸਲਾ ਸੀਗਾ ਅਸਲ ਚੀਜ਼ ਕੀ ਸੀਗੀ ਹੁਣ ਉਹਦਾ ਕੀ ਬਣਿਆ ਲੇਟੈਸਟ ਅਪਡੇਟ ਕੀ ਹੈ ਉਹਦੇ ਬਾਰੇ ਕੁਝ ਮਾੜਾ ਮੋਟਾ ਦੱਸਣਗੇ ਪਰ ਭਾਈ ਉਹ ਤਾਂ ਚੀਨ ਨੂੰ ਛੱਡ ਕੇ ਚੰਨੇ ਵਾਲੇ ਪਾਸੇ ਨੂੰ ਹੋ ਗਏ ਬਿਲਕੁਲ ਔਰ ਜ਼ਰੂਰੀ ਵੀ ਸੀ ਕੌੜਾ ਸਾਹਿਬ ਮੈਨੂੰ ਇਹ ਦੱਸੋ ਵੀ ਤੁਸੀਂ ਰੋਟੀ ਖਾਦੇ ਬਿਨਾ ਰਹਿ ਸਕਦੇ ਹੋ ਜਮਾ ਨਹੀਂ ਰਹਿ ਸਕਦੇ ਫਿਰ ਅਗਲੇ ਦਾਣੇ ਦਿੰਦੇ ਨੇ ਤੁਹਾਨੂੰ ਮਹੀਨੇ ਦੇ 5 ਕਿਲੋ ਨਹੀਂ ਉਹੀ ਮੈਂ ਕਹਿਣ ਲੱਗੇ ਸੀ ਵੀ ਜਿੰਨੇ ਇਹ ਦੇ ਜਾਂਦੇ ਨੇ ਕੰਮ ਦੀਆਂ ਗੱਲਾਂ ਕਰਕੇ ਗਏ ਆ ਤੁਸੀਂ ਨਾ ਉਹਨਾਂ ਨੂੰ ਟੋਕਿਆ ਕਰੋ ਉਹ ਆਪਣਾ ਸਮਾਂ ਕੀਮਤੀ ਸਮਾਂ ਪ੍ਰਧਾਨ ਮੰਤਰੀ ਹੈ ਕੀਮਤੀ ਸਮਾਂ ਕੱਢ ਕੇ ਤੁਹਾਡੇ ਰੂਬਰੂ ਹੁੰਦੇ ਨੇ ਕੱਲੀ ਕੱਲੀ ਗੱਲ ਦੱਸਦੇ ਨੇ ਨਾਲੇ ਇਹ ਵੀ ਕਹਿ ਕੇ ਗਏ ਆ ਵੀ 80 ਕਰੋੜ ਲੋਕਾਂ ਨੂੰ ਅਸੀਂ ਜਿਹੜਾ ਇਹ ਪੈਸਾ ਦੇਣਾ ਆਪਣਾ ਜਿਹੜਾ ਅ ਅਨਾਜ ਦੇਣਾ ਚਾਹੇ ਉਹ ਕਣਕ ਦੇ ਰੂਪ ਚ ਹੋਵੇ ਜਾਂ ਫਿਰ ਅਸੀਂ ਚਾਵਲ ਦੇਈਏ ਨਾਲ ਦੀ ਨਾਲ ਤੁਹਾਨੂੰ ਦਾਲਾਂ ਵੀ ਦੇਵਾਂਗੇ ਨਹੀਂ ਤੁਹਾਡਾ ਕਿਹੜਾ ਪਤਾ ਲੱਗਦਾ ਤੁਹਾਡੇ ਤਾਂ ਗਰੀਬ ਦੀ ਡੈਫੀਨੇਸ਼ਨ ਹੀ ਨਹੀਂ ਤੁਹਾਨੂੰ ਪਤਾ ਕੀ ਆ ਤੁਸੀਂ ਕਦੇ ਕਹਦੇ ਨੂੰ ਜਨਤਨ ਖਾਤੇ ਵਾਲੇ ਗਰੀਬ ਲੋਕ ਕਦੀ ਕਹਦੇ ਨੂੰ ਇਹ ਵਾਲੇ ਗਰੀਬ ਲੋਕ ਦੇ ਤੁਸਾਂ ਗਰੀਬੀ ਵੰਡ ਕੇ ਰੱਖਤੇ ਨਹੀਂ ਗਰੀਬ ਨਹੀਂ ਵੰਡੇ ਅਸੀਂ ਕੈਟੇਗਰੀਆਂ ਵੰਡੀਆਂ ਉਹ ਇਸ ਕਰਕੇ ਵੀ ਭਾਈ ਜਿਹੜਾ ਕਿਸਾਨ ਹੈ ਕਿਸਾਨ ਨੂੰ ਥੋੜੇ ਜਿਹਾ ਵੱਧ ਪੈਸੇ ਦੀ ਲੋੜ ਹੁੰਦੀ ਆ ਪੂਰਾ 2000 ਰੁਪਏ ਇੱਕ ਕਿਸਾਨ ਨੂੰ ਭੇਜਦੇ ਆ ਵੀ ਤੂੰ ਆਪਣਾ ਝੋਨਾ ਲਾ ਦੇ 2000 ਰੁਪਏ ਨਾਲ ਭੇਜਦੇ ਕਿ ਨਹੀਂ ਭੇਜਦੇ ਦੇਖੋ ਇੰਨਾ ਹੈ ਸੰਤ ਪੁੱਲ ਤੁਸੀਂ ਹਾਂ ਕਰੋ ਕਿ ਭੇਜਦੇ ਜਾਂ ਨਹੀਂ ਭੇਜਦੇ ਹਾਂ ਚਲੋ ਭੇਜਦੇ ਨੇ ਜੀ ਔਰ 5 ਕਿਲੋ ਕਣਕ ਇੱਕ ਬੰਦੇ ਨੂੰ ਭੇਜਦੇ ਆ ਕੀ ਇੱਕ ਮਹੀਨੇ ਦੇ ਵਿੱਚ ਇੱਕ ਬੰਦੇ ਦਾ 5 ਕਿਲੋ ਆਟੇ ਨਾਲ ਸਰ ਨਹੀਂ ਜਾਣਾ ਬਹੁਤ ਚੰਗੇ ਤਰੀਕੇ ਨਾਲ ਤੁਸੀਂ 5-5 ਰੋਟੀਆਂ ਮਤਲਬ ਇੱਕ ਟਾਈਮ ਦੇ ਬੰਦਾ ਬਾਜੀ ਜਾਣਾ ਉਹਦੇ ਚੋਂ ਮੈਂ ਕਹਿੰਨਾ ਉਹਦੇ ਚੋਂ ਵੀ ਵਧੂ ਉਹ ਅਗਲੇ ਮਹੀਨੇ ਕੰਮ ਆਉ ਮੈਂ ਕਹਿੰਨਾ ਪਤਾ ਕੀਆ ਸਾਡੀ ਸਰਕਾਰ ਬਹੁਤ ਦਿਆਲੂ ਹੈ 2 ਲੱਖ ਕਰੋੜ ਰੁਪਈਆ ਜਾਰੀ ਕਰਤਾ ਕਰਦਾ ਕੋਈ ਅਜ ਤੱਕ ਕਿਸੇ ਨੇ ਨਹੀਂ ਕੀਤਾ ਇੰਨੀਆਂ ਸਰਕਾਰਾਂ ਹੋ ਕੇ ਲੰਘੀਆਂ 1947 ਤੋਂ ਬਾਅਦ ਵੀ ਲੱਖ ਕਰੋੜ ਰੁਪਏ ਦਾ ਨਾਂ ਕਿਸੇ ਨੇ ਲਿਆ ਸੀ ਕਿਸੇ ਨੇ ਜ਼ੁਬਾਨ 'ਚੋਂ ਵੀ ਨਹੀਂ ਕਟਿਆ ਕਿੰਨਾ ਇਹਦੇ 'ਚ ਸਾਨੂੰ ਪੈਸਾ ਹੈ ਨਾ ਘਰੇ ਟਾਇਲਾ ਲੱਗੇ ਸੀ ਟਾਇਲਾ ਪਟਾ ਕੇ ਸੀ ਨੋਟ ਜੜਾਏ ਨੇ ਉੱਥੇ ਸਾਡੇ ਉਹ ਸਾਹਮਣੇ ਨਹੀਂ ਸੀ ਜਾਂਦੇ ਪੈਸੇ ਫਿਰ ਇਹੋ ਹੀ ਕੁਸ਼ ਮੈਂ ਉਹੀ ਕਹਿੰਨਾ ਕਿ ਇਹ ਕਦੇ ਵੀ ਇਹ ਧਾਰਨਾ ਨਾ ਲੈ ਕੇ ਆਓ ਕਿ ਭਾਈ ਜਿਹੜੀ ਸਾਡੀ ਸਰਕਾਰ ਆ ਸਾਡੇ ਵਾਸਤੇ ਸੋਚਦੀ ਨਹੀਂ ਬਹੁਤ ਸੋਚਦੇ ਨੇ ਔਰ ਤੁਸੀਂ ਜੇ ਚੀਨ ਦੀ ਗੱਲ ਕਰਦੇ ਹੋ ਕਿ ਬਾਰਡਰ ਤੇ ਸਾਨੂੰ ਦੱਸੋ ਕੀ ਕੁਝ ਹੋਈ ਜਾਂਦਾ ਬਈ ਤੁਸੀਂ ਕੀ ਲੈਣਾ ਤੁਸੀਂ ਰੋਟੀ ਖਾਣੀ ਸਮਝੋ ਤੁਹਾਡੇ ਕੋਲੇ ਕਣਕ ਆਈ ਜਾਂਦੀ ਐ ਤੁਹਾਡੇ ਕੋਲੇ ਚਾਵਲ ਆਈ ਜਾਂਦੇ ਆ ਤੁਹਾਡੇ ਕੋਲੇ ਦਾਲਾਂ ਆਈ ਜਾਂਦੀਆਂ ਹੋਰ ਤੁਹਾਨੂੰ ਕੀ ਚਾਹੀਦਾ ਰੋਟੀ ਖਾਓ ਆਪ ਦਾ ਢਿੱਡ ਭਰੋ ਤੇ ਸੌਜੋ ਹੁਣ ਬਾਰਡਰ ਦੇਖਣ ਵਾਸਤੇ ਅਸੀਂ ਹੈਗੇ ਆ ਅਸੀਂ ਬੈਠੇ ਆ ਮਤ ਪੁੱਛੋ ਕਿ ਬਾਰਡਰ ਤੇ ਸਾਡੇ ਕਿੰਨੇ ਨੌਜਵਾਨ ਆ ਜਿਹੜੇ ਉਹ ਸ਼ਹੀਦ ਹੋ ਗਏ ਐ ਨਾ ਪੁੱਛੋ ਕਿ ਚੀਨੀ ਸਾਡੇ ਕਿੰਨੀ ਦੂਰ ਆ ਗਏ ਨੇ ਅੰਦਰ ਕੁਝ ਨਹੀਂ ਹੁੰਦਾ ਨਹੀਂ ਅਸੀਂ ਤਾਂ ਲੋਕਾਂ ਨੂੰ ਜੋ ਦੱਸਣਾ ਹੁੰਦਾ ਫਿਰ ਅਸੀਂ ਉਹ ਦੱਸਦੇ ਆ ਨਾ ਕਿਉਂਕਿ ਚੈਨਲਾਂ ਕੋਲੋਂ ਦੀ ਫਿਰ ਲਾਈਵ ਹੋ ਹੋ ਕੇ ਜਿਹੜੀ ਗਰਾਉਂਡ ਰਿਪੋਰਟਿੰਗ ਹੁੰਦੀ ਹੈ 2018 ਕਿਲੋਮੀਟਰ ਦੂਰ ਖੜ ਖੜ ਕੇ ਗਰਾਉਂਡ ਰਿਪੋਰਟਿੰਗ ਆ ਦੱਸੀ ਜਾਂਦੇ ਨੇ ਨਹੀਂ ਉਹ ਤੁਹਾਡੇ ਵਾਸਤੇ ਵੀ ਚੀਜ਼ਾਂ ਤੁਹਾਡੇ ਕੰਮ ਦੀਆਂ ਨੇ ਕਿਉਂਕਿ ਸਾਰੇ ਚੈਨਲਾਂ ਤੇ ਜਦੋਂ ਤੁਸੀਂ ਸਾਡਾ ਨਾਂ ਸੁਣਦੇ ਹੋ ਕਿ ਮੋਦੀ ਸਾਹਿਬ ਨੇ ਐਸਾ ਕੀਤਾ ਮੋਦੀ ਸਾਹਿਬ ਨੇ ਇਹ ਕੀਤਾ ਮੋਦੀ ਸਾਹਿਬ ਨੇ ਉਹ ਕੀਤਾ ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀ ਹੈ ਦਿਲ ਨੂੰ ਤਸੱਲੀ ਹੋ ਜਾਂਦੀ ਦਿਲ ਨੂੰ ਤਸੱਲੀ ਹੋ ਜਾਂਦੀ ਕਿ ਮੋਦੀ ਸਾਹਿਬ ਬਹੁਤ ਕੁਝ ਕਰ ਰਹੇ ਆ ਇਸ ਕਰਕੇ ਮੈਂ ਦੇਖੋ ਇਹ ਗੱਲ ਵਾਰ-ਵਾਰ ਕਹਿਣਾ ਕਿ ਮੋਦੀ ਜੀ ਆਪਣਾ ਕੀਮਤੀ ਸਮਾਂ ਕੱਢਦੇ ਨੇ ਡਾਕਟਰ ਦੇਵਸਾਇਆ ਉਹਦੇ ਤੇ ਵੀ ਬੋਲੇ ਹੁਣ ਅੱਗੇ ਜਿੰਨੇ ਵੀ ਜਿਹੜੇ ਕੱਲ ਤਿਆਰ ਗਨਾਏ ਨੇ ਕਿਸੇ ਨੂੰ ਯਾਦ ਹੈਗਾ ਵੀ ਫੈਸਟੀਵਲ ਕਿਹੜੇ-ਕਿਹੜੇ ਆਉਣੇ ਨੇ ਭਾਈ ਅਸੀਂ ਵੀ ਕੈਨੇਡਾ ਡੇ ਦੀ ਵਧਾਈਆਂ ਦੇਦੀ ਨਾ ਸਾਰਿਆਂ ਨੂੰ ਹਾਂ ਬਿਲਕੁਲ ਵਧਾਈਆਂ ਬਣਦੀਆਂ ਨੇ ਤਾਂ ਮੈਨੂੰ ਇਹ ਦੱਸੋ ਕਿ ਕਿਸੇ ਵੀ ਲੀਡਰ ਨੂੰ ਆਪਣੇ ਦੇਸ਼ ਦੇ ਕਿੰਨੇ ਤਿਹਾਰ ਨੇ ਕੀ ਕਿਸੇ ਨੂੰ ਯਾਦ ਆ ਮੋਦੀ ਜੀ ਨੇ ਗਣਾਏ ਵੀ ਆ ਹੁਣ ਪੂਰणिमा ਆ ਰਹੀ ਐ ਆ ਹੁਣ ਆ ਆ ਰਹੀ ਐ ਆ ਹੁਣ ਦੁਸ਼ਹਿਰਾ ਆ ਜਾਣਾ ਆ ਹੁਣ ਦੀਪਾਵਲੀ ਆ ਜਾਣੀ ਆ ਦੀਪਾਵਲੀ ਤੋਂ ਬਾਅਦ ਆ ਆ ਜਾਣਾ ਇਹ ਕਿਸੇ ਨੂੰ ਨਹੀਂ ਪਤਾ ਇਹ ਸਿਰਫ ਮੋਦੀ ਸਾਹਿਬ ਨੂੰ ਹੀ ਪਤਾ ਉਹਨਾਂ ਨੂੰ ਤੁਸੀਂ ਐਉਂ ਨਾ ਲਿਆਓ ਕੈਲੰਡਰ ਵਲ ਕਿਤੇ ਪਈ ਇਹਨਾਂ ਨੇ ਤਾਂ ਮੈਂ ਕਹਿੰਦਾ ਜੀ ਐਡੇ ਚੁਣੇ ਹੋਏ ਸਾਡੇ ਪ੍ਰਧਾਨ ਮੰਤਰੀ ਸਾਹਿਬ ਆ ਮਜ਼ਾਕ ਨਹੀਂ ਕਰੀਦੇ ਹੁੰਦੇ ਅੱਛਾ ਨਹੀਂ ਉਹੀ ਤਾਂ ਗੱਲ ਹੈ ਨਾ ਤੁਸੀਂ ਹੁਣ ਕੱਲ ਮਜ਼ਾਕ ਕਰ ਹੀ ਜਾਂਦੇ ਸੀ ਆਪਦੀ ਵੀ ਸੁਣ ਲੋ ਨਾ ਫਿਰ ਤੁਸੀਂ ਗੱਲ ਕਹਿੰਦੇ ਜੀ ਭਾਈ ਟਿਕਟੌਕ ਨੇ ਕੀ ਕਰਨਾ ਟਿਕਟੌਕ ਕੱਲਾ ਤੁਸੀਂ ਉਹਨਾਂ ਦਾ ਬੈਨ ਕਰਤਾ ਜਾਂ ਕਹਿੰਦੇ ਵੀ ਲੋਕੀ ਦੇ ਵਿੱਚੋਂ ਗੱਲਾਂ ਕਰ ਜਾਂਦੇ ਕਹਿੰਦੇ ਟਿਕਟੌਕ ਬੈਨ ਬੂਣ ਕੋਈ ਨਹੀਂ ਕਹਿੰਦੇ ਟਿਕਟੌਕ ਨੂੰ ਕਰੋਨਾ ਹੋਇਆ ਸੀ ਨਾਲ ਜਿਹੜੇ 59 ਐਪਸ ਹੋਰ ਸੀਗੇ ਉਹਨਾਂ ਨੂੰ ਵੀ ਲੈ ਡੁੱਬੇ ਉਹ ਵੀ ਸੰਕਰਮਿਤ ਹੋ ਗਏ ਹੁਣ ਇਹਦੇ ਨਾਲ ਕਹਿੰਦੇ ਕਰੋਨਾ ਹੋਇਆ ਸੀ ਉਹਨਾਂ ਨੂੰ ਪਰ ਠੀਕ ਹੈ ਉਹਨਾਂ ਨੇ ਐਪ ਬੰਦ ਕਰਤੇ ਆ ਪਰ ਚੀਨ ਵਾਲੇ ਵਾਕਈ ਬਈ ਮੈਂ ਉਹੀ ਵਾਰ-ਵਾਰ ਗੱਲ ਕਹਿਣਾ ਹੁੰਦਾ ਵੀ ਕੱਲ ਲਈ ਮੈਂ ਚਲੋ ਜਿਹੜਾ ਕੁਝ ਕਹਿ ਗਿਆ ਉਹ ਠੀਕ ਨਹੀਂ ਸੀਗਾ ਨਹੀਂ ਆਗੇ ਨਾ ਤੁਸੀਂ ਮੈਂ ਤਾਂ ਦੇ ਨਹੀਂ ਚਾਹੇ ਤੁਸੀਂ ਇਹ ਦੱਸੋ ਚਾਈਨਾ ਵਾਲੇ ਗੋਡਿਆਂ ਤੇ ਸਿੱਟ ਲੈ ਕੇ ਨਹੀਂ ਸਿੱਟ ਲੈ ਮੈਨੂੰ ਦੱਸੋ ਮੇਰੇ ਭਾਈਓਰ ਬਹਨੋ ਨਹੀਂ ਹੁਣ ਮੈਨੂੰ ਲੱਗਦਾ ਕਿ ਚਾਈਨਾ ਵਾਲੇ ਅੱਜ ਮਿੰਤੇ ਕਰ ਰਹੇ ਆ ਕਿ ਨਹੀਂ ਕਰ ਰਹੇ ਨਹੀਂ ਉਧਰੋਂ ਦੀ ਮੈਨੂੰ ਲੱਗਦਾ ਚਾਹ ਹੁਣ ਤੁਹਾਨੂੰ ਆ ਗਈ ਹੈ ਵੀ ਨਹੀਂ ਦੇਖੋ ਸਾਰੀਆਂ ਚੀਜ਼ਾਂ ਦੱਸਣੀਆਂ ਜ਼ਰੂਰੀ ਹੁੰਦੀਆਂ ਚਾਈਨਾ ਵਾਲੇ ਮਿੰਤਾ ਕਰਨ ਲੱਗੇ ਕਿ ਭਾਈ ਐ ਨਾ ਕਰੋ ਆਪਾਂ ਬੈਠ ਕੇ ਗੱਲ ਕਰਦੇ ਆ ਮੋਦੀ ਸਾਹਿਬ ਗੁੱਸਾਈ ਕਰਕੇ ਬੜੀ ਛੇਤੀ ਫੈਸਲਾ ਲਿਆ ਫੈਸਲੇ ਕਾਲੀ ਚ ਲੈਣ ਵਾਲੇ ਥੋੜੀ ਹੁੰਦੇ ਆ ਨਹੀਂ ਫਿਰ ਜਿਹੜਾ ਤੁਸੀਂ ਕਾਲੀ ਚ ਫੈਸਲੇ ਤੁਸੀਂ ਤਾਂ ਕੋ ਫੈਸਲਾ ਸੋਚ ਸਮਝ ਕੇ ਲੀਤਾ ਸੀ ਨਾ ਵੀ ਅਸੀਂ ਇੰਨੀ ਜਗ੍ਹਾਏ ਭਾਰਤ ਅਲੇ ਦੀ ਨਪਲਾਂਗੇ ਤੁਸੀਂ ਫੈਸਲਾ ਸੋਚ ਸਮਝ ਕੇ ਲੀਤਾ ਤੁਹਾਡੇ ਫੈਸਲੇ ਦਾ ਕੀ ਨਤੀਜਾ ਨਿਕਲਿਆ 59 ਐਪਸੇ ਬੰਦ ਹੋਈਆਂ ਕਿ ਨਹੀਂ ਹੋਈਆਂ ਤੁਸੀਂ ਤਾਂ ਬਾਰ ਬਾਰ ਕਹਿੰਦੇ ਆ ਕਿ ਬੈੱਕ ਕੇ ਗੱਲ ਕਰਦੇ ਆ ਸਾਡੇ ਕਾਲੀ ਵਾਲੇ ਫੈਸਲੇ ਜ਼ਿਆਦਾ ਚੰਗੇ ਹੁੰਦੇ ਨੇ ਮੈਂ ਕਹਿੰਨਾ ਬੈੱਕ ਕੇ ਗੱਲ ਕਰਦੇ ਆ ਆ ਟਿਕਟੋਕ ਤੇ ਦੇਖੋ ਤੁਹਾਡਾ ਆਪਦਾ ਵੀ ਕਿੰਨਾ ਨੁਕਸਾਨ ਆ ਤੁਹਾਡੇ ਕਿੰਨੇ ਬੱਚੇ ਸਾਡੇ ਕਿੰਨੇ ਲੋਕ ਨੇ ਜਿਹੜੇ ਉਹ ਟਿਕਟੋਕ ਨਾਲ ਜੁੜੇ ਸੀਗੇ ਬਾਬਾ ਬਾਬ ਨੂੰ ਤਾਂ ਚੈਨ ਆ ਜੂ ਜਿਨ੍ਹਾਂ ਦੇ ਮੁੰਡਾ ਜੰਮਿਆ ਸੀਗਾ ਉਹਨਾਂ ਨੂੰ ਉਮੀਦ ਹੁੰੋ ਹੁਣ ਲੱਗੀ ਸੀ ਵੀ ਕਿਤੇ ਸਾਡੇ ਬਰਾਤ ਨਾਲ ਆ ਜਵੇ ਹਾਂ ਨਹੀਂ ਚਲੋ ਠੀਕ ਹੈ ਜੋ ਵੀ ਗੱਲਾਂ ਬਾਤਾਂ ਹੈਗੀਆਂ ਪਰ ਇਉਂ ਹੈ ਕਿ ਮੋਦੀ ਸਾਹਿਬ ਜੋ ਕੁਝ ਕਰਦੇ ਨੇ ਬੜਾ ਸੋਚ ਸਮਝ ਕੇ ਕਰਦੇ ਨੇ ਹੁਣ ਜਿਹੜੇ ਆਹ 5 ਮਹੀਨਿਆਂ ਤੱਕ ਜਿਹੜੀ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਕਣਕ ਵੀ ਦੇਵਾਂਗੇ ਅਸੀਂ ਤੁਹਾਨੂੰ ਚਾਵਲ ਵੀ ਦੇਵਾਂਗੇ ਅਸੀਂ ਤੁਹਾਨੂੰ ਦਾਲਾਂ ਵੀ ਦੇਵਾਂਗੇ ਇਹ ਅਸਲ ਦੇ ਵਿੱਚ ਇਹਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ ਕਿਵੇਂ ਲੋਕ ਜਿਹੜੇ ਜਿਹੜੇ ਅਸਲ ਦੇ ਵਿੱਚ ਰਾਜਨੀਤੀ ਦੇ ਵਿੱਚ ਜਿਹੜਾ ਆਪਣਾ ਇੰਟਰਸਟ ਰੱਖਣ ਵਾਲੇ ਲੋਕ ਨੇ ਜਿਆਦਾ ਤਵੱਜੋ ਦਿੰਦੇ ਨੇ ਉਹ ਕਿਵੇਂ ਦੇਖਦੇ ਆ ਇਹਨਾਂ 5 ਮਹੀਨਿਆਂ ਮਹੀਨਿਆਂ ਦੀ ਜਿਹੜੀ ਕਣਕ ਦਾਲ ਤੇ ਜਿਹੜਾ ਚਾਵਲ ਦੇਣੇ ਨੇ ਉਹ ਕਿਵੇਂ ਦੇਖਦੇ ਆ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਸਾਂਝੀ ਕਰਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਸ਼ੋਅ ਚੱਲ ਰਿਹਾ ਜੀ ਉਲਟ ਪੁਲਟ ਤੇ ਚਾਈਨਾ ਦੀ ਗੱਲ ਤੁਸੀਂ ਕਰੀ ਜਾਂਦੇ ਸੀ ਚੀਨ ਵਾਲੇ ਪਾਸਿਓਂ ਦੀ ਤੇ ਨਾਲ ਦੇ ਨਾਲ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਵੀ ਕੀ ਕੁਝ ਕਰੀ ਜਾਂਦੇ ਨੇ ਮੈਂ ਹੁਣ ਮੈਂ ਹੁਣ ਜਿਹੜੀ ਇਹ ਗੱਲ ਕਹਿਣੀ ਚਾਹੁੰਨਾ ਕਿ ਜਿਹੜਾ ਹਾ ਚਨੇ ਦੀ ਗੱਲ ਕਰ ਗਏ ਕਣਕ ਦੀ ਗੱਲ ਕਰ ਗਏ ਇਹਨੂੰ ਹੁਣ ਸਿਆਸੀ ਖੇਮੇ ਅੱਜ ਕਿਵੇਂ ਲਿਆ ਜਾ ਰਿਹਾ ਜਾਂ ਜਿਹੜੇ ਜਿਹੜੇ ਲੋਕ ਇੰਟਰਸਟ ਰੱਖਦੇ ਆ ਰਾਜਨੀਤੀ ਦੇ ਵਿੱਚ ਉਹ ਇਹਨੂੰ ਕਿਵੇਂ ਲੈਂਦੇ ਆ ਉਹਨਾਂ ਦਾ ਮੰਨਣਾ ਇੰਉਂ ਹੋ ਗਿਆ ਕਿ ਭਾਈ ਜਿੱਥੇ ਤੁਸੀਂ ਸਿੰਪਥੀ ਰੱਖਦੇ ਹੋ ਗਰੀਬ ਲੋਕਾਂ ਦੇ ਨਾਲ ਜਾਂ ਜਾਂ ਲਾਚਾਰ ਲੋਕਾਂ ਦੇ ਨਾਲ ਕਿ ਅਸੀਂ ਤੁਹਾਨੂੰ ਇੰਨੀ ਕਣਕ ਦੇ ਦਿਆਂਗੇ ਜਾਂ ਤੁਹਾਨੂੰ ਫ੍ਰੀ ਇਹਨਾਂ ਕੁਝ ਭੇਜ ਦਿਆਂਗੇ ਚੰਗੀ ਗੱਲ ਹੈ ਲੋਕ ਆਰਥਿਕ ਡਾਵਾ ਡੋਲ ਹੋਏ ਪਏ ਨੇ ਉਹਨਾਂ ਕੋਲੇ ਭੇਜਣੀ ਚਾਹੀਦੀ ਪਰ ਅਸਲ ਦੇ ਵਿੱਚ ਉਹ ਕਹਿੰਦੇ ਜੀ ਇਹਨਾਂ ਦੀ ਸਟ੍ਰੈਟਜੀ ਆ ਕਹਿੰਦੇ ਵੀ ਇਹ ਤੁਹਾਨੂੰ ਆਤਮ ਨਿਰਭਰ ਵੀ ਨਹੀਂ ਰਹਿਣ ਦੇ ਰੇ ਵੀ ਤੁਸੀਂ ਆਤਮ ਨਿਰਭਰਤਾ ਰਹਿਣ ਦਿਓ ਹੁਣ ਇਹਨਾਂ ਦਾ ਮਤਲਬ ਇਹ ਹੈ ਕਿ ਭਾਈ ਅਸੀਂ ਤੁਹਾਨੂੰ ਅਸੀਂ ਤੁਹਾਡੇ ਮਾਈ ਬਾਪ ਆ ਅਸੀਂ ਤੁਹਾਨੂੰ ਪਾਲਣਾ ਅਸੀਂ ਜੇ ਤੁਹਾਡੇ ਕੋਲੇ ਰੋਟੀ ਨਹੀਂ ਹੈਗੀ ਤਾਂ ਰੋਟੀ ਤੁਹਾਨੂੰ ਅਸੀਂ ਦੇਵਾਂਗੇ ਸਾਨੂੰ ਵੋਟਾਂ ਪਾਉਂਦੇ ਰਹੋ ਸਿਰਫ ਸਾਡੇ ਜੋਗੇ ਰਹਿ ਜਾਓ ਮਤ ਸਮਝੋ ਕਿ ਤੁਸੀਂ ਖੁਦ ਕੁਛ ਕਰ ਲਓਗੇ ਕੰਮ ਤਾਂ ਸਾਰੇ ਖੋਲੇ ਕੰਮ ਤਾਂ ਕੋਈ ਹੋ ਨਹੀਂ ਰਿਹਾ ਮੰਗਿਆ ਹੀ ਇੰਨੀ ਹੋਗੀ ਕਿ ਦੇਖੋ ਤੇਲ ਦੀਆਂ ਕੀਮਤਾਂ ਕਿੰਨੀਆਂ ਵਧ ਗਈਆਂ ਰੋਜ਼ ਜਿਹੜੀ ਰਸੋਈ ਗੈਸ ਆ ਉਹ ਮਹਿੰਗੀ ਹੋ ਜਾਂਦੀ ਆ ਰੋਜ਼ ਦੀ ਰੋਜ਼ ਜਿਹੜੀਆਂ ਤੁਸੀਂ ਸਬਜ਼ੀਆਂ ਦੇ ਰੇਟ ਪਤਾ ਕਰ ਲਓ ਕਿਸੇ ਕਰਿਆਨੇ ਵਾਲੀ ਦੁਕਾਨ 'ਚ ਵੜਜੋ ਅਗਲਾ ਕਹਿੰਦਾ ਪਰੇ ਹੋ ਕੇ ਗੱਲ ਕਰ ਜੇ ਭਰੀ ਆ ਤਾਂ ਅੰਦਰ ਆਈਂ ਤੇ ਨਹੀਂ ਮੁੜ ਜਾ ਬਿਲਕੁਲ ਇਉਂ ਦੇ ਹਾਲ ਹੋਏ ਇੱਕ ਕਰੋਨੋਲੋਜੀ ਸਮਝੀਏ ਹਾਂ ਇਹਨਾਂ ਦੀ ਸਮਝਣੀ ਪੈਣੀ ਆ ਕਹਿੰਦੇ ਭਾਈ ਇਹਨਾਂ ਦੀ ਅਸਲ ਦੇ ਵਿੱਚ ਸੋਚੀ ਸਮਝੀ ਸਾਜ਼ਿਸ਼ ਆ ਕਿ ਭਾਈ ਲੋਕਾਂ ਨੂੰ ਆਪਣੇ ਚਾਰਟ ਤੇ ਲਾ ਲਓ ਤੇ ਫੇਰ ਇਹਨਾਂ ਤੋਂ ਵੋਟਾਂ ਲਓ ਇਹ ਐਵੇਂ ਸਮਝੜ ਕਿ ਆਹੀ ਪਾਰਟੀ ਸਾਡੀ ਮਾਈ ਬਾਪ ਆ ਇਹਨਾਂ ਨੂੰ ਵੋਟ ਪਾਵਾਂਗੇ ਤਾਂ ਸਾਡੇ ਬੱਚੇ ਪੜਨਗੇ ਤੇ ਨਹੀਂ ਅਸੀਂ ਮਰ ਜਾਾਂਗੇ ਜੀ ਬਿਲਕੁਲ ਜਿਵੇਂ ਤੁਸੀਂ ਮਹਿੰਗਾਈ ਵਾਲੀ ਗੱਲ ਕੀਤੀ ਹੁਣ ਹੁਣ ਦਿੱਲੀ ਵਾਲੇ ਪਾਸੇ ਐਲ ਪੀ ਜੀ ਵਧਾਤੇ ਬਾਕੀ ਸਾਈਡ ਤੇ ਜਗ੍ਹਾ ਕਰੀਏ ਪੈਟਰੋਲ ਡੀਜ਼ਲ ਤੇ ਕੀਮਤਾਂ ਜਿਹੜੀਆਂ ਅਸਮਾਨੋਚ ਹੁੰਦੀਆਂ ਪਈਆਂ ਨੇ ਜਿਵੇਂ ਅਸੀਂ ਪਹਿਲਾਂ ਵੀ ਗੱਲ ਗੱਲ ਕਰਦੇ ਸੀਗੇ ਵੀ ਭਾਈ ਹੁਣ ਤਾਂ ਡੀਜ਼ਲ ਰੂਸਿਆ ਫਿਰਦਾ ਕਹਿੰਦਾ ਜੀ ਪੈਟਰੋਲ ਪੰਪ ਨਾਮ ਕਿਉਂ ਰੱਖਿਆ ਤਾਂ ਡੀਜ਼ਲ ਪੰਪ ਨਾਮ ਰੱਖੋ ਦੂਜੇ ਪਾਸੇ ਹੁਣ ਜੇ ਗੱਲ ਕਰ ਲਈ ਤਾਂ ਕੈਪਟਨ ਮਨਿੰਦਰ ਸਿੰਘ ਹੋਰਾਂ ਦੀ ਪੰਜਾਬ ਪਾਸੇ ਨੂੰ ਆ ਜੀਏ ਤਾਂ ਨੇ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਕੱਲ ਵੀ ਕਿ ਇਹਨਾਂ ਨੇ ਅਰਜੁਨ ਦੀ ਅੱਖ ਵਾਂਗੂ ਨਜ਼ਰ ਟਿਕਾ ਰੱਖੀ ਸਿਰਫ ਆਪਦੇ ਖਸਾਨੇ ਤੇ ਤੁਸੀਂ ਕਿਦਾ ਭਰ ਲੀਏ ਇਸ ਟਾਈਮ ਤੇ ਲੋਕਾਂ ਦਾ ਤੁਸੀਂ ਹਾਲ ਨਹੀਂ ਦੇਖਦੇ ਲੋਕਾਂ ਦਾ ਤੁਸੀਂ ਖੁੰਝੂ ਸੀ ਜਾਂਦੇ ਹੋ ਬਿਲਕੁਲ ਬਈ ਲੋਕਾਂ ਚ ਨਾ ਸਾਡੇ ਵਿੱਚ ਆਪਦੇ ਜੀ ਕਹਿ ਲੋ ਕੇ ਆਈਡੀ ਸਾਡੇ ਵਿੱਚ ਸਮਰਥਾ ਨਹੀਂ ਹੈਗੀ ਕਿ ਅਸੀਂ ਇੱਕ ਮੋਟ ਹੋ ਸਕੀਏ ਅਸੀਂ ਅਸੀਂ ਜਥੇਬੰਦ ਹੋ ਸਕੀਏ ਕਿ ਭਾਈ ਅਸੀਂ ਕਿਸੇ ਦਾ ਵਿਰੋਧ ਕਰਨਾ ਉਹ ਇੱਕ ਤੁਸੀਂ ਨੇ ਕਹਾਵਤ ਸੁਣਾਉਂਦੇ ਹੁੰਦੇ ਸੀਗੀ ਇੱਕ ਕਹਾਣੀ ਜੀ ਸੀਗੀ ਉਹ ਜਿਹੜੀ ਉਹ ਕਹਿੰਦੇ ਸੀ ਵੀ ਰਾਜੇ ਨੇ ਕਿਹਾ ਤਾਂ ਵੀ ਇਹਨਾਂ ਨੂੰ ਇਧਰੋਂ ਦੀ ਕੱਢਣ ਲੱਗੇ ਛੇਤਰ ਮਾਰਨੇ ਬਿਲਕੁਲ ਸਹੀ ਉਹ ਟਕਮੀਆਂ ਬਿਲਕੁਲ ਸਾਡਾ ਹਾਲ ਇੱਥੇ ਉਹੀ ਹੋਇਆ ਪਿਆ ਅਸੀਂ ਨਹੀਂ ਕਿਸੇ ਨੂੰ ਕਹਿ ਸਕਦੇ ਅਸੀਂ ਨਹੀਂ ਕਿਸੇ ਦਾ ਵਿਰੋਧ ਕਰ ਸਕਦੇ ਕਿਉਂਕਿ ਅਸੀਂ ਇੱਕ ਦੂਜੇ ਦੇ ਕਹ ਲੋ ਕਿ ਕਾਣੇ ਇੰਨੇ ਆ ਅਸੀਂ ਪਿੰਡਾਂ ਦੀ ਗੱਲ ਕਰ ਲਈਏ ਅਸੀਂ ਚਾਚਾਂ ਦੇ ਬੜੇ ਕਾਣੇ ਆ ਫਲਾਣੇ ਚਾਚੇ ਤੋਂ ਫਲਾਣਾ ਕੁਝ ਲੈ ਕੇ ਆਏ ਸੀ ਫਲਾਣੇ ਚਾਚੇ ਨਾਲ ਮੇਰੀ ਆ ਕਮਿਟਮੈਂਟ ਹੋਈ ਸੀ ਉਹ ਫਲਾਣੀ ਪਾਰਟੀ ਦੇ ਨਾਲ ਆ ਮੈਂ ਤਾਂ ਫਲਾਣੇ ਨਾਲ ਹੀ ਰਹੂੰ ਹੁਣ ਉਥੋਂ ਸ਼ੁਰੂ ਹੁੰਦੀ ਆ ਗੱਲ ਇਹ ਤੇ ਉੱਪਰ ਤੱਕ ਜਾਂਦੀ ਆ ਪਹਿਲਾਂ ਸੀਐਮ ਕੋਲੇ ਸੀਐਮ ਤੱਕ ਜਾਂਦੀ ਫਿਰ ਪੀਐਮ ਤੱਕ ਜਾਂਦੀ ਆ ਇਹਨਾਂ ਚੀਜ਼ਾਂ ਨੇ ਸਾਨੂੰ ਮਾਰ ਲਿਆ ਅਸੀਂ ਨਹੀਂ ਕਿਸੇ ਦਾ ਵਿਰੋਧ ਕਰ ਸਕਦੇ ਸਾਡੇ 'ਚ ਸਮਰੱਥਾ ਨਹੀਂ ਬਚੀ ਹੁਣ ਜੇ ਸਕੂਲਾਂ ਦੀ ਗੱਲ ਕਰਦੇ ਆ ਸਕੂਲਾਂ ਦੇ ਵਿੱਚ ਆਪਾਂ ਪਿਛਲੇ ਐਪੀਸੋਡ ਚ ਵੀ ਗੱਲ ਕਰੀ ਕਿ ਭਾਈ ਸਕੂਲਾਂ ਦੇ ਵਿੱਚ ਜਿਹੜਾ ਉਹ ਕੇਸ ਜਿੱਤ ਗਏ ਸਕੂਲ ਜਿਹੜੇ ਪ੍ਰਬੰਧਕ ਨੇ ਕਹਿੰਦੇ ਜੀ ਸਾਰੀਆਂ ਫੀਸਾਂ ਦੇਣੀਆਂ ਪੈਣਗੀਆਂ ਹੁਣ ਸੋਸ਼ਲ ਮੀਡੀਆ ਤੇ ਲੋਕ ਕਹਿੰਦੇ ਭਾਈ ਜਥੇਬੰਦ ਹੋ ਜਾਓ ਆਪਾਂ ਪ੍ਰਾਈਵੇਟ ਸਕੂਲਾਂ ਚ ਪੜਾਉਂਦੇ ਹੀ ਨਹੀਂ ਆਪਾਂ ਬੱਚੇ ਹਟਾਉਣੇ ਆਪਾਂ ਸਰਕਾਰੀ ਸਕੂਲਾਂ ਚ ਲਾਉਣੇ ਆ ਇਹ ਮੰਨਤਾ ਕਰਦੇ ਫਿਰਨਗੇ ਕਿ ਤਨਾ ਕਿਤੇ ਤਰਕ ਵੀ ਸਹੀ ਹੈ ਕਿ ਠੀਕ ਹੈ ਉਹਨਾਂ ਦੇ ਸਰਕਾਰੀ ਸਕੂਲ ਕਿਹੜਾ ਥੋੜੇ ਬਹੁਤ ਵਧੀਆ ਨੇ ਗੱਲ ਤਾਂ ਉਹੀ ਆਉਂਦੀ ਹੈ ਨਾ ਬੰਦਾ ਜਾਵੇ ਤਾਂ ਜਾਵੇ ਕਿੱਥੇ ਜੇ ਸਰਕਾਰੀ ਸਕੂਲਾਂ ਦੇ ਵਿੱਚ ਇੰਨੀਆਂ ਹੀ ਸਹੂਲਤਾਂ ਹੋਣ ਵੀ ਚਲੋ ਪ੍ਰਾਈਵੇਟ ਜਿੰਨੀਆਂ ਦਾ ਨਹੀਂ ਘੱਟੋ ਘੱਟ ਥੋੜੀਆਂ ਛੱਤਾਂ ਜਿਹੜੀਆਂ ਪਾਈਆਂ ਹੋਈਆਂ ਉਹੀ ਥੋੜੀਆਂ ਘੱਟੋ ਘੱਟ ਲੈਂਟਰਾਂ 'ਚ ਬਦਲ ਜਾਣ ਜੇ ਕਿਤੇ ਲੈਂਟਰ ਪੈ ਜਾਣ ਉਹਨਾਂ ਦੇ ਉੱਪਰ ਛੱਤ ਹੈ ਜਿਹੜੀ ਇਹ ਨਾ ਡਰ ਰਵੇ ਕਿ ਆਉਂਦੀ ਆਉਂਦੇ ਜਿਹੜੇ ਮੀਂਹ ਆਉਣੇ ਨੇ ਜਾਂ ਕਿਤੇ ਹਨੇਰੀ ਆਉਣੀ ਆ ਇਹ ਛੱਤ ਡਿੱਗ ਪੂ ਜਾਂ ਫਿਰ ਤੁਹਾਡੇ ਸਟਾਫ ਨੂੰ ਥੋੜਾ ਜਿ ਤੁਸੀਂ ਸੜਕਾਂ ਤੇ ਉਹਨੂੰ ਬੰਦ ਕਰ ਲਓ ਉਹਨਾਂ ਨੂੰ ਸਹੂਲਤਾਂ ਦੇ ਦੇਉ ਉਹ ਚੰਗੇ ਤਰੀਕੇ ਪੜਾਉਣ ਲੱਗ ਜਾਣ ਤੇ ਲੋਕਾਂ ਨੂੰ ਕੀ ਜ਼ਰੂਰਤ ਪਈ ਆ ਕਿ ਪ੍ਰਾਈਵੇਟ ਸਕੂਲਾਂ 'ਚ ਜਾਣ ਕਮੀਆਂ ਖਾਮੀਆਂ ਆਪਦੇ ਵਿੱਚ ਹੀ ਆ ਬਿਲਕੁਲ ਇਹ ਸਾਡੇ ਸਿਸਟਮ ਚ ਦੂਜੀਆਂ ਸਾਡੇ ਚ ਇਹ ਜਿਵੇਂ ਸਿਸਟਮ ਚੱਲ ਰਿਹਾ ਐਂ ਚੱਲੂਗਾ ਨਾ ਕਹੋ ਕਿ ਮੰਗਾਈ ਵਧ ਗਈ ਨਾ ਕਹੋ ਕਿ ਆਹ ਕੁਝ ਹੋ ਗਿਆ ਉਹ ਕੁਝ ਹੋ ਗਿਆ ਮੰਗਾਈ ਵਧਾਉਣ ਵਾਲਿਆਂ ਨੂੰ ਵੋਟਾਂ ਪਾ ਪਾ ਕੇ ਤੁਸੀਂ ਇੱਥੋਂ ਤੱਕ ਲੈ ਕੇ ਆ ਬਿਲਕੁਲ ਤੇ ਹੁਣ ਉਹਨਾਂ ਨੇ ਹੁਣ ਆਪਦੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈਆਂ ਨੇ ਜਿਨ੍ਹਾਂ ਕਰਕੇ ਸਰਕਾਰ ਉਹਨਾਂ ਦੀ ਬਣੀ ਐ ਸੱਤਾ ਉਹਨਾਂ ਦੀ ਬਣੀ ਐ ਉਹਨਾਂ ਨੇ ਆਪਦੇ ਵਿਧਾਇਕ ਵੀ ਖੁਸ਼ ਰੱਖਣੇ ਨੇ ਭਾਈ ਹਰ ਤਰੀਕੇ ਨਾਲ ਖੁਸ਼ ਰੱਖਣੇ ਨੇ ਹੁਣ ਜੇ ਅਸੀਂ ਜਵਾਕ ਦੀ ਗੱਲ ਲਾ ਲਈਏ ਜਵਾਕ ਜੇ ਇੱਕ ਘਰ ਚ ਦੋ ਜਵਾਕ ਨੇ ਹੁਣ ਇੱਕ ਨੂੰ ਤੁਸੀਂ ਆ ਮੇਰੇ ਕੋਲ ਛੁੰਛਣਾ ਫੜਿਆ ਹੋਇਆ ਆ ਇਦਾਂ ਨਾਲ ਖਡਾਉਣਾ ਜਿਹੜ ਕਨ ਨੂੰ ਲਿਆ ਦਿੰਦੇ ਨੇ ਇੱਕ ਨੂੰ ਮਿਲ ਜਵੇ ਦੂਜੇ ਨੂੰ ਮਿਲਣਾ ਰੋ ਕਿ ਨਾ ਰੋ ਦੱਸੋ ਮੈਨੂੰ ਬਿਲਕੁਲ ਉਹਨੇ ਤਾਂ ਕਲੇਸ਼ ਕਰ ਦੇਣਾ ਘਰ ਦੇ ਵਿੱਚ ਵੀ ਇਹਨੂੰ ਕਿਵੇਂ ਲਿਆ ਕੇ ਦਿੱਤਾ ਜਾਂ ਤਾਂ ਉਹਨੇ ਆਉਂਦਾ ਵੀ ਤੋੜ ਦੇਣਾ ਜਾਂ ਤਾਂ ਉਹਨੇ ਕਹਣਾ ਮੈਨੂੰ ਲਿਆ ਕੇ ਦੋ ਕਲੇਸ਼ ਪਿਆ ਕਿ ਨਾ ਪਿਆ ਆਹੀਂ ਹੁਣ ਸਰਕਾਰਾਂ ਦਾ ਹਾਲ ਹੋਇਆ ਪਿਆ ਕਹਿੰਦੇ ਜੀ ਇਹਨਾਂ ਨੇ ਇਹ ਨੋਵਾ ਗੱਡੀਆਂ ਦਿੱਤੀਆਂ ਨੇ ਹੁਣ ਕਹਿੰਦੇ ਕੈਪਟਨ ਸਰਕਾਰ ਨੇ ਭਾਈ ਜਿਹੜੀਆਂ ਇਨੋਵਾ ਗੱਡੀਆਂ ਵੰਡਣੀਆਂ ਸੀਗੀਆਂ ਕਹਿੰਦੇ ਜਨਵਰੀ ਦੇ ਵਿੱਚ ਇਹਨਾਂ ਨੇ ਗੱਡੀਆਂ 7 ਲੈ ਕੇ ਆਂਦੀਆਂ ਸੀ ਉਹ ਇਹਨਾਂ ਨੇ ਵੰਡਤੀਆਂ ਆਮ ਆਦਮੀ ਨੂੰ ਵੀ ਇੱਕ ਬੰਦੇ ਨੂੰ ਦੇਤੀ ਸੀਗੀ ਪਰ ਹੁਣ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ 7 ਜਿਹੜੀਆਂ ਗੱਡੀਆਂ ਮਿਲਣੀਆਂ ਨੇ ਵਿਧਾਇਕਾਂ ਨੂੰ 7 ਵਿਧਾਇਕਾਂ ਨੂੰ ਆਮ ਆਦਮੀ ਵਾਲਿਆਂ ਨੂੰ ਦਵਾਂਗੇ 7 ਭਾਈ ਅਸੀਂ ਆ ਕਾਂਗਰਸ ਵਾਲਿਆਂ ਨੂੰ ਦਵਾਂਗੇ ਤੇ 3 ਅਸੀਂ ਅਕਾਲੀ ਵਾਲਿਆਂ ਨੂੰ ਦਵਾਂਗੇ ਹੁਣ ਹੁਣ ਜਿਹੜਾ ਰੋਲਾ ਪੈ ਗਿਆ ਜਦੋਂ ਪਹਿਲਾਂ ਤਾਂ ਅਰਜ਼ ਪਰ ਹੁਣ ਜਦੋਂ ਫਿਰ ਇਹਨਾਂ ਨੇ ਮੁੜ ਕੇ ਹੁਣ ਲਿਆਂਦਾ ਏ ਜਿਹੜਾ ਕੰਮ ਅਸਲ ਗਰਾਉਂਡ ਰਿਪੋਰਟ ਦੀ ਜਦੋਂ ਅਸੀਂ ਗੱਲ ਕਰਦੇ ਹੁੰਨੇ ਆ ਤਾਂ ਕਹਿੰਦੇ ਇਹਨਾਂ ਨੇ ਆਪਾਂਾਂ ਨੂੰ ਸਿਰਫ ਪਈਆ ਮਨ ਰੁੜਨ ਦਿੱਤੀ ਹੈ ਕਹਿੰਦੇ ਦੂਜੇ ਪਾਸੇ ਉਧਰ ਅਕਾਲੀ ਵਾਲਿਆਂ ਨੂੰ ਦਿੱਤੀ ਨਹੀਂ ਇੱਧਰ ਆਪਦੇ ਕਾਂਗਰਸ ਵਾਲਿਆਂ ਨੂੰ ਸਾਰਿਆਂ ਨੂੰ ਦੇਤੀ ਕਹਿੰਦਾ ਵੀ ਇਹ ਨੋਵਾ ਗੱਡੇ ਦਾ ਤੋਹਫਾ ਦਿੱਤਾ ਆਪਦੇ ਬਿਠਾਲੇ ਬਗਾਨੇ ਚੜਾਏ ਨਹੀਂ ਇਹ ਤਾਂ ਹੈਗਾ ਹੀ ਆ ਭਾਈ ਉਹ ਕਹਿੰਦੇ ਹੁੰਦੇ ਨਾ ਵੀ ਅੰਨਾ ਵੰਡੇ ਰਿਉਣੀਆਂ ਮੁੜ ਮੁੜ ਕਰਦਿਆਂ ਨੂੰ ਹੂੰ ਇਹ ਉਹ ਗੱਲ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਭਾਈ ਪਹਿਲਾਂ ਕਿਹੜਾ ਵਿਧਾਇਕ ਪੈਦਲ ਤੁਰ ਕੇ ਜਾਂਦੇ ਸੀ ਹੂੰ ਗੱਡੀਆਂ ਤਾਂ ਪਹਿਲਾਂ ਵੀ ਸੀਗੀਆਂ ਉਹਨਾਂ ਕੋਲੇ ਹੁਣ ਕੋਈ ਆਪਦੀਆਂ ਵਿਧਾਇਕਾਂ ਦੇ ਕੋਲੇ ਗੱਡੀਆਂ ਨੇ ਜਿਹੜੀਆਂ ਬਦਲਦੇ ਨੇ 2-2 ਸਾਲਾਂ ਬਾਅਦ ਕਦੇ ਨਹੀਂ ਬਦਲਦੇ ਨੇ 5 ਸਾਲਾਂ 'ਚ ਦੋ ਵਾਰੀ ਕੋਈ ਨਹੀਂ ਬਦਲਦਾ ਆਪਦੀ ਕਾਰ ਲਈ ਹੁੰਦੀ ਹੈ ਨਾ ਜਿਨੇ ਅਗਲਾ ਕਹਿੰਦਾ ਇੰਨੇ ਪੈਸੇ ਲਾਏ ਆ 10 ਸਾਲ ਨਹੀਂ ਬਦਲਣੀ ਵੀਰੇ ਆਪਣੇ ਪੈਸੇ ਪੂਰੇ ਕਰੋ ਫੇਰ ਗੱਲ ਕਰਾਂਗੇ ਹੁਣ ਇਹ ਕਰਦੇ ਨੇ ਲੱਛਣ ਡਰਾਮੇ ਇਹ ਅਸਲ ਦੇ ਵਿੱਚ ਚਾਹੀਦਾ ਹੀ ਨਹੀਂ ਕਿੰਨੇ ਕੰਮ ਕਰਦੇ ਨੇ ਕਿਤੇ ਜਾ ਕੇ ਆਪਣੇ ਹਲਕਿਆਂ ਦੇ ਵਿੱਚ ਗਿਣੇ ਚੁਣੇ ਵਿਧਾਇਕਾਂ ਦੇ ਵਿੱਚੋਂ ਲੈ ਲਓ ਆਮ ਆਦਮੀ ਪਾਰਟੀ 'ਚ ਵੀ ਇਹੋ ਕੁਸ਼ੀ ਆ ਉਹਨਾਂ ਦੇ ਗਿਣੇ ਚੁਣੇ ਵਿਧਾਇਕੀ ਆ ਜਿਹੜੇ ਰੌਲਾ ਪਾਉਂਦੇ ਆ ਬਾਕੀ ਅੱਧਿਆਂ ਦਾ ਪਤਾ ਹੀ ਨਹੀਂ ਵੀ ਇਹ ਵਿਧਾਇਕ ਹੈ ਉਹ ਕਦੇ ਨਾ ਕਦੇ ਕਿਸੇ ਦੇ ਸਾਹਮਣੇ ਆਉਂਦੇ ਨੇ ਨਾ ਕਦੇ ਕੋਈ ਗੱਲ ਕਰਦੇ ਆ ਹੁਣ ਜਿਉ ਹਾਂ ਜੇ ਉਹ ਵੀ ਕਹਿਣ ਵੀ ਸਾਨੂੰ ਨੋਵਾ ਜਿਹੜੀ ਚਾਹੀਦੀ ਆ ਟਾਪ ਮਾਡਲੀ ਚਾਹੀਦੀ ਆ ਕਿਉਂ ਚਾਹੀਦੀ ਆ ਬਈ ਹੁਣ ਜਿਹੜੇ ਬਾਕੀ ਵਿਧਾਇਕਾਂ ਨੂੰ ਦਿੱਤੀਆਂ ਬਈ ਕੋਈ ਇਹੋ ਜਿਹਾ ਵਿਧਾਇਕ ਨਹੀਂ ਹੈਗਾ ਜਿਹੜਾ ਨੋਵਾਂ ਤੇ ਫੋਰਚੂਨਰ ਤੋਂ ਬਿਨਾ ਘੁੰਮਦਾ ਹੋਵੇ। ਟ੍ਰਾਂਸਪੋਰਟ ਮੰਤਰੀ ਨੇ ਭਈ 82 ਲੱਖ ਦੀ ਇਹਨਾਂ ਨੇ ਨੋਵਾਂ ਉਹ ਲੈ ਕੇ ਦਿੱਤੀ ਫੋਰਚੂਨਰ ਲੈ ਕੇ ਦਿੱਤੀ। ਭਈ ਮੈਂ ਉਹੀ ਕਹਿਣਾ। ਇਹਨਾਂ ਕੋਲੇ ਪਹਿਲਾਂ ਹੀ ਫੋਰਚੂਨਰ ਗੱਡੀਆਂ ਹੈਗੀਆਂ। ਇਹਨਾਂ ਕੋਲੇ ਪਹਿਲਾਂ ਹੀ ਵੱਡੀਆਂ ਵੱਡੀਆਂ ਗੱਡੀਆਂ ਹੈਗੀਆਂ। ਇਹਨਾਂ ਨੂੰ ਪਹਿਲੀ ਗੱਲ ਲੋਡ ਹੀ ਨਹੀਂ ਸੀ ਉਹ ਵੀ ਇਸ ਟਾਈਮ ਤੇ ਆ ਕੇ ਨਹੀਂ ਉਹੀ ਮੈਂ ਗੱਲ ਕਰਦੀ ਨਾ ਉਂ ਤਾਂ ਅਸੀਂ ਜਦੋਂ ਕਹਿਣਾ ਹੋਵੇ ਸਾਡਾ ਭਾਈ ਖਜ਼ਾਨਾ ਖਾਲੀ ਪਿਆ ਸਾਡੇ ਕੋਲ ਪੈਸੇ ਨਹੀਂ ਹੈਗੇ ਅਸੀਂ ਇੱਥੋਂ ਟੈਕਸ ਵਧਾ ਦਈਏ ਅਸੀਂ ਉੱਥੋਂ ਫੀਸਾ ਵਧਾ ਦਈਏ ਤੁਹਾਨੂੰ ਆ ਵੀ ਦੇਣਾ ਪਊਗਾ ਤੁਹਾਨੂੰ ਉਹ ਵੀ ਦੇਣਾ ਪਊਗਾ ਲੋਕਾਂ ਦਾ ਤਾਂ ਅਸੀਂ ਖੂਨ ਚੂਸ ਦੇਣਾ ਤੁਹਾਡੇ ਕੋਲ ਹੁਣ ਆ 15-15 ਲੱਖ ਦੀਆਂ ਗੱਡੀਆਂ ਦੇ ਇਹਨੂੰ ਪੈਸੇ ਕਿੱਥੋਂ ਆਗੇ ਬਿਲਕੁਲ ਸਹੀ ਗੱਲ ਉਹ ਵੀ ਉਸ ਟਾਈਮ ਤੇ ਜਦੋਂ ਤੁਸੀਂ ਕਹਿੰਦੇ ਹੋ ਸਾਡਾ ਨਿਕਲ ਗਿਆ ਦਿਵਾਲਾ ਅਸੀਂ ਕਿਸੇ ਨੂੰ ਕੁਝ ਦੇਣ ਜੋਗੇ ਨਹੀਂ ਰਹੇ ਸਾਡੇ ਕੋਲੇ ਤਾਂ ਖਜ਼ਾਨਾ ਵਿਹਲਾ ਹੋ ਗਿਆ ਸਾਨੂੰ ਕੇਂਦਰ ਸਰਕਾਰ ਸਾਡਾ ਹੀ ਜੀਐਸਟੀ ਨਹੀਂ ਦਿੰਦੀ ਕੇਂਦਰ ਸਰਕਾਰ ਨੇ ਐ ਕਰਤਾ ਉਹਨਾਂ ਨੇ ਐ ਕਰਤਾ ਸਾਡੇ ਕੋਲ ਤਾਂ ਵਿਹਲੇ ਹੋ ਗਏ ਬਈ ਇਸ ਟਾਈਮ ਤੇ ਆ ਕੇ ਜਦੋਂ ਸ਼ੁਰੂਆਤ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰੀਂ ਕਹਿੰਦੇ ਸੀ ਮੈਂ ਤਾਂ ਕਿਸੇ ਨੂੰ ਆ ਦਫ਼ਤਰਾਂ ਇਹਨੂੰ ਚਾਹ ਨਹੀਂ ਪਿਉਣੀ ਕਿਉਂਕਿ ਖਰਚਾ ਵਧੂ ਸਰਕਾਰ ਦਾ ਹੁਣ ਚਾਹ ਤਾਂ 2 ਰੁਪਈਆ ਦੀ ਜਾਂ 5 ਰੁਪਈਆ ਦੀ ਹੱਦ 10 ਰੁਪਈਆ ਦੀ ਆ ਡੇਲੀ ਦਾ ਖਰਚਾ ਤੁਹਾਡਾ 2-300 ਦਾ ਹੋਣਾ ਆ 15 ਲੱਖ ਤਾਂ ਭਾਈ ਤੁਹਾਡਾ 5 ਸਾਲਾਂ ਚ ਨਹੀਂ ਵੜਨਾ ਸੀ ਬਿਲਕੁਲ ਪੰਪ 15-15 ਲੱਖ ਦੀਆਂ ਗੱਡੀਆਂ ਤੁਸੀਂ ਦੇ ਰਹੇ ਹੋ ਜੇ ਇਹੋ ਹੀ ਪੈਸਾ ਤੁਸੀਂ ਜੇ ਆਹੀ ਲੋਕਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਤੇ ਲਾ ਦਿੰਦੇ ਤਾਂ ਤਾਂ ਕੀ ਜਾਂਦਾ ਸੀ ਨਹੀਂ ਇਉਂ ਕਿੱਦਾਂ ਨਹੀਂ ਮਹੀਨੇ ਤਾਂ 15 ਰਹਿ ਗਏ ਤੁਹਾਡੇ ਨਹੀਂ ਇਉਂ ਕਿੱਦਾਂ ਲਾ ਦਿੰਦੇ ਤੁਸੀਂ ਮੁੜ ਕੇ ਅਗਲੇ ਨੂੰ ਜਿਵੇਂ ਤੁਸੀਂ ਕਰੋਨੋਲੋਜੀ ਸਮਝਾਈ ਸੀ ਫਿਰ ਉਹ ਕਰੋਨੋਲੋਜੀ ਪੂਰੀ ਕਿਵੇਂ ਹੋ ਹੁਣ ਨਕਲ ਤਾਂ ਇੱਕ ਦੂਸਰੇ ਦੀ ਸਾਰੇ ਹੀ ਕਰਦੇ ਨੇ ਨਾ ਭਈ ਜੀ ਕਰਦਾ ਹੁੰਦਾ ਫੁੱਲ ਲਾਂਤਾ ਪਾਈਏ ਇੰਉ ਇਹਨਾਂ ਦੀਆਂ ਆਹ ਚੀਜ਼ਾਂ ਦੇਖ ਕੇ ਫਿਰ ਇੰਉ ਲੱਗਦਾ ਹੁੰਦਾ ਵੀ ਯਾਰ ਅਸੀਂ ਐਡੇ ਮੂਰਖ ਲੋਕ ਆ ਇਹਨਾਂ ਨੂੰ ਜੋ ਕਹਿੰਦੇ ਨੇ ਅਸੀਂ ਉਹੀ ਮੰਨ ਲੈਨੇ ਹੁਣ ਕਿੰਨੇ ਲੋਕ ਨੇ ਜਿਹੜੇ ਕਹਿੰਦੇ ਆ ਭਾਈ ਸਾਡੇ ਤੋਂ ਫੀਸਾਂ ਨਹੀਂ ਭਰੀਆਂ ਜਾਂਦੀਆਂ ਸਕੂਲਾਂ ਦੀਆਂ ਸਾਡੀਆਂ ਫੀਸਾਂ ਦੇ ਇੰਨੀਆਂ ਤਾਂ ਫੀਸਾਂ ਬਣ ਨਹੀਂ ਆਈਆਂ ਨੀ ਜਿੰਨੀਆਂ ਤੁਹਾਡੀਆਂ ਗੱਡੀ ਤੇ ਲੱਗ ਜਾਣੇ ਫੀਸਾਂ ਭਰ ਦਿਓ ਸਕੂਲਾਂ ਦੀਆਂ ਉਹ ਲੋਕਾਂ ਨੂੰ ਵੀ ਐ ਹੋਵੇ ਸਾਡੀ ਸਰਕਾਰ ਅਸੀਂ ਚੁਣੀ ਆ ਸਾਡੇ ਵਾਸਤੇ ਆ ਦਵਾਈਆਂ ਮੁਫਤ ਦੇ ਦਿਓ ਇਸ ਟਾਈਮ ਤੇ ਬਿਲਕੁਲ ਦਵਾਈਆਂ ਮੁਫਤ ਦੇ ਦਿਓ ਹਾਲਚਾਲ ਪੁੱਛੋ ਜਾ ਕੇ ਉਹੀ ਵਿਧਾਇਕ ਨੂੰ ਜਿਹਨੂੰ ਇੱਕ ਗੱਡੀ ਲੈ ਕੇ 15 ਲੱਖ ਦੀ ਦਿੱਤੀ ਆ ਉਹਨੂੰ 15 ਲੱਖ ਰੁਪਈਆ ਦਿਓ ਉਹਨੂੰ ਕਹੇ ਬਣਾ ਲਿਸਟ ਆਪ ਦੇ 25 30 ਉਹਨਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਜਿਹੜੇ ਵਿਧਾਇਕ ਨੇ ਭਾਈ ਜੋ ਕੰਮ ਵਿਧਾਇਕ ਕਰ ਸਕਦੇ ਨੂੰ ਤੁਸੀਂ ਕਰ ਸਕਦੇ ਹੋ ਉਹਨਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਸੁਰੱਖਿਆ ਪੱਖਾ ਨੂੰ ਦੱਸ ਦੱਸ ਕੇ ਤਾਂ ਨਹੀਂ ਸੁਰੱਖਿਆ ਤਾਂ ਜ਼ਰੂਰੀ ਹੈ ਕੀਤਾ ਕੁਛ ਹੈ ਨਹੀਂ ਸਰਕਾਰ ਕਹਿੰਦੀ ਸੀ ਅਸੀਂ ਐਂ ਕਰ ਦਾਂਗੇ ਉਹ ਕਰ ਦਾਂਗੇ ਕੀਤਾ ਕੁਛ ਹੈ ਨਹੀਂ ਕਦੇ ਕੱਲੇ ਨਿਕਲਗੇ ਕਿਸੇ ਤੋਂ ਜੁੱਤੀਆਂ ਥੋੜੀ ਖਾਣੀਆਂ ਗੱਡੀ ਤਾਂ ਚੱਜ ਦੀ ਚਾਹੀਦੀ ਆ ਦੇਖੋ ਮੁੱਦੇ ਪੜਕਾਉਣ ਚ ਮਾਹਰ ਨੇ ਚਾਈਨਾ ਦਾ ਜਿਹੜਾ ਮੁੱਦਾ ਸੀਗਾ ਇਸ ਵੇਲੇ ਬਹੁਤ ਤਗੜਾ ਸੀਗਾ ਬਹੁਤ ਗਰਮ ਸੀਗਾ ਲੋਕ ਕਿ ਉਹਦੇ ਬਾਰੇ ਜਾਨਣਾ ਚਾਹੁੰਦੇ ਸੀ ਅਸਲ ਸਚਾਈ ਹੋਈ ਕੀ ਹੈ ਹੁਣ ਇਹਨਾਂ ਨੇ ਟਿਕਟੌਕ ਵਾਲੇ ਮੁੱਦਾ ਉਲਝਾ ਕੇ ਹੁਣ ਤੁਹਾਨੂੰ ਵੀ ਪਤਾ ਸਾਡੇ ਲੋਕ ਟਿਕਟੌਕ ਦੇ ਕਿੰਨੇ ਫੈਨ ਨੇ ਹੁਣ ਚਾਈਨਾ ਵਾਲਾ ਨੇ ਭੁਣ ਜਾ ਭੁੱਲ ਜਾਣਾ ਉਹਨਾਂ ਨੇ ਪੁੱਛਣਾ ਹੀ ਨਹੀਂ ਉੱਥੇ ਕੀ ਹੋਇਆ ਕਿ ਨਹੀਂ ਹੋਇਆ ਨਾ ਟਿਕਟੌਕ ਦਾ ਰੋਣਾ ਲਗਾਈ ਜਾਣਾ ਵੀ ਸਾਨੂੰ ਨ ਤੁਸੀਂ ਸਾਨੂੰ ਇਹ ਜੀ ਚਾਹੀਦੀ ਹੈ ਅਸਲ ਦੇ ਵਿੱਚ ਉਹ ਲੌਲੀਪੌਪ ਨਹੀਂ ਸੀ ਇਹੋ ਜੇ ਲੌਲੀਪੌਪ ਨੇ ਜਿਹੜੇ ਸਮੇਂ-ਸਮੇਂ ਤੇ ਆ ਕੇ ਸਾਡੇ ਸਾਹਮਣੇ ਕਰ ਦਿੰਦੇ ਆ ਤੇ ਅਸੀਂ ਉਹਨਾਂ ਨੂੰ ਫੜ ਕੇ ਇਉਂ-ਇਉਂ ਕਰਨ ਲੱਗ ਜਾਂਦੇ ਆ ਅਸਲ ਦੇ ਵਿੱਚ ਇਹੋ ਹੀ ਨੇ ਇਸ ਕਰਕੇ ਜਿੰਨਾ ਮਰਜੀ ਰੌਲਾ ਪਾ ਲੋ ਜਿੰਨੇ ਮਰਜੀ ਸਿਆਸੀ ਮਾਹਿਰ ਜੋ ਮਤਲਬ ਚੰਗਾ ਬੋਲਣ ਵਾਲੇ ਲੋਕ ਜੋ ਮਰਜੀ ਕਹਿੰਦੇ ਰਹਿਣ ਪਰ ਇੱਥੇ ਸਾਡੀ ਮਾਨਸਿਕਤਾ ਕੋਸ਼ ਹੈ ਉਹ ਜੀ ਹੋਗੀ ਵੀ ਅਸੀਂ ਕਿਸੇ ਦੀ ਗੱਲ ਮੰਨਣ ਦੀ ਬਜਾਏ ਉਹਨੂੰ ਇੱਕ ਵਾਰੀ ਸੁਣਦੇ ਹਾਂ ਬੰਦਾ ਗੱਲ ਤਾਂ ਸਹੀ ਕਰਦਾ ਹੈ ਆ ਕਈ ਤਾਂ ਸਹੀ ਜਾਂਦਾ ਪਰ ਘਰੇ ਜਾ ਕੇ ਤਾੜੀ ਮਾਰ ਕੇ ਹੱਸਾਂਗੇ ਬੜਾ ਬੋਲੀ ਜਾਂਦਾ ਸੀ ਹੁਣ ਤਾਂ ਜਾ ਕੇ ਨਿੰਬੂ ਵਾਲਾ ਪਾਣੀ ਪੀਣਾ ਪਿਆ ਹੂ ਬਿਲਕੁਲ ਬਿਲਕੁਲ ਤੇ ਮੁੱਦੇ ਮਸਲੇ ਸਾਡੇ ਕੋਲ ਹੋਰ ਵੀ ਬਹੁਤ ਸੀ ਨਿਗਾਹਾਂ ਤੇ ਵੀ ਮਾਰਨੀ ਸੀ ਪਰ ਵੇਲਾ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਅਗਲੀ ਵਾਰ ਫਿਰ ਹਾਜ਼ਰ ਹੋ ਜਾਵਾਂਗੇ ਉਲਪੁਲ ਮੁੱਦਿਆਂ ਦੇ ਨਾਲ ਉਲਪੁਲ ਨਿਗਾਹ ਦੇ ਨਾਲ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਤੇ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ